ਫਿਰ ਉਹਨਾਂ ਨੂੰ ਇਹ ਗੱਲ ਸਮਝ ਆਈ ਕਿ ਅਗਰ ਸਿੱਖਾਂ ਦਾ ਜੋ ਗੁਰਮਤਿ ਦਾ ਫਲਸਫਾ ਹੈ ਅਤੇ ਜਿਸ ਤਰ੍ਹਾਂ ਦੇ ਸਿੱਖ ਉੱਦਮੀ ਨੇ, ਹੌਸਲੇ ਵਾਲੇ ਨੇ, ਇਹਦੇ ਅਧੀਨ ਚੱਲਦੇ ਆ, ਇੱਕ ਬਹੁਤ ਛੋਟੀ ਗਿਣਤੀ ਤੋਂ ਬਿਨਾਂ ਬਾਕੀ ਸਾਰੇ ਹਿੱਸੇ ਨੇ ਸਿੱਖਾਂ ਨੂੰ ਹੀ ਆਗੂ ਮੰਨ ਲੈਣਾ। ਫਿਰ ਉਹਨਾਂ ਨੇ ਤੈਅ ਕੀਤਾ ਕਿ ਸਿੱਖਾਂ ਨੂੰ ਕਿਸੇ ਇੱਕ ਐਸੇ ਵੱਡੇ ਜੰਗ ਦੇ ਵਿੱਚ ਆਪਾਂ ਨੂੰ ਝੋਕਣਾ ਪੈਣਾ ਜਿਹਦੇ ਜ਼ਖਮ ਇੰਨੇ ਡੂੰਘੇ ਹੋਣ ਕਿ ਇਹ ਮਾਨਸਿਕ ਤੌਰ 'ਤੇ ਹਾਰਨ। ਜਿੱਥੇ ਜਾ ਕੇ ਉਹਨਾਂ ਦੀਆਂ ਕੈਲਕੂਲੇਸ਼ਨਾਂ ਗਲਤ ਹੋਈਆਂ ਉਹ ਇੱਥੇ ਹੋਈਆਂ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਸਾਰੇ ਸਿੱਖਾਂ ਦੀ ਮਾਨਸਿਕਤਾ ਇੱਕ ਜਗ੍ਹਾ ਇਕੱਠੀ ਕਰ ਲਈ ਸੰਤ ਜਰਨੈਲ ਸਿੰਘ ਜੀ ਜਾਂ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਵਿੱਚ, ਅਤੇ ਜਦੋਂ ਅਸੀਂ ਦਰਬਾਰ ਸਾਹਿਬ 'ਤੇ ਜਾਂ ਸਾਰੇ ਪੰਜਾਬ 'ਤੇ ਬਹੁਤ ਵੱਡਾ ਫੌਜੀ ਹਮਲਾ ਕਰਾਂਗੇ ਲਾਮ ਲਸ਼ਕਰਾਂ ਦੇ ਨਾਲ, ਇਹਨਾਂ ਨੇ ਆਪਣੇ ਹੱਥ ਖੜ੍ਹੇ ਕਰ ਦੇਣੇ ਨੇ। ਅਤੇ ਇਹਨਾਂ ਦੀ ਹੱਥ ਖੜ੍ਹੇ ਕਰਨ ਦੀ ਜਿਹੜੀ ਅਸੀਂ ਸਾਰੀ ਵੀਡੀਓ ਬਣਾ ਕੇ ਉਹ ਦੁਨੀਆ ਭਰ 'ਚ ਦਿਖਾਵਾਂਗੇ ਅਤੇ ਸਿੱਖ ਨਮੋਸ਼ੀ ਨਾਲ ਹੀ ਮਰ ਜਾਣਗੇ। ਪਰ ਉੱਥੇ ਕੌਤਕ ਹੋਰ ਤਰ੍ਹਾਂ ਵਾਪਰਿਆ, ਉੱਥੇ ਗੱਲਾਂ ਕਰਨ ਵਾਲੇ ਨਹੀਂ ਸੀਗੇ ਸਾਡੇ ਵਰਗੇ, ਇਕੱਲੇ ਪਹਿਰਾਵੇ ਵਾਲੇ ਸੰਤ ਨਹੀਂ ਸੀਗੇ, ਉਹ ਨਾਮ ਬਾਣੀ ਦੇ ਰੱਤੇ ਜੀਵਨ ਮੁਕਤ ਅਵਸਥਾ ਵਾਲੀਆਂ ਰੂਹਾਂ ਸੀਗੀਆਂ। ਅਤੇ ਉੱਥੇ ਜਾ ਕੇ ਫਿਰ ਉਹਨਾਂ ਦੀ ਸਾਰੀ ਜਿੰਨੀ ਵੀ 5-7 ਸਾਲ ਦੀ ਬਣੀ ਬਣਾਈ ਖੇਡ ਸੀਗੀ ਉਹ ਪੁੱਠੀ ਪੈ ਗਈ, ਕੁਛ ਪਲਾਂ 'ਚ ਹੀ, ਕੁਛ ਘੰਟਿਆਂ 'ਚ। ਅਤੇ ਜਦੋਂ ਸੰਤ ਜਰਨੈਲ ਸਿੰਘ ਜੀ ਹੋਣਾ ਨੇ ਜਿਸ ਪ੍ਰਕਾਰ ਦੇ ਨਾਲ ਉਹ ਮੁਕਾਬਲਾ ਕੀਤਾ, ਅਤੇ ਉਸ ਮੁਕਾਬਲੇ ਦੇ ਵਿੱਚ ਜੋ ਇੰਡੀਆ ਦੀਆਂ ਫੌਜਾਂ ਦਾ ਹਸ਼ਰ ਹੋਇਆ ਅਤੇ ਉਸ ਦਾ ਨਤੀਜਾ ਉਸ ਤੋਂ ਉਲਟਾ ਹੋ ਗਿਆ, ਉਹ ਚਾਹੁੰਦੇ ਤਾਂ ਇਸ ਸਾਰੀ ਪ੍ਰਪੰਚ ਨੂੰ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਜ਼ਖਮ ਦੇ ਕੇ ਗੁਲਾਮ ਬਣਾਉਣ ਲਈ ਕੀਤਾ ਸੀਗਾ, ਹੋ ਗਿਆ ਉਲਟਾ ਸਰ। ਅਤੇ ਜਿਸ ਤਰ੍ਹਾਂ ਉਹਨਾਂ ਨੇ ਯੁੱਧ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਤੋਂ ਪ੍ਰੇਰਣਾ ਲੈ ਕੇ ਉਸ ਵਕਤ ਹੀ 10 ਸਾਲ ਲੰਬੀ ਇੱਕ ਬਹੁਤ ਵੱਡੀ ਪੱਧਰ 'ਤੇ ਇੱਕ ਗੁਰੀਲਾ ਵਾਰ, ਖਾੜਕੂ ਲਹਿਰ ਸਿੱਖਾਂ ਨੇ ਲੜੀ ਅਤੇ ਦੁਨੀਆ ਭਰ ਦੇ ਵਿੱਚ ਇਹ ਸਿੱਧ ਕੀਤਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਜਿੱਥੇ ਆਟੋਮੈਟਿਕ ਹਥਿਆਰ ਨੇ ਇੰਨੀ ਜ਼ਿਆਦਾ ਤਕਨੀਕ ਹੋ ਗਈ, ਉੱਥੇ ਪਲੇਨ ਇਲਾਕੇ 'ਚ ਬਿਨਾਂ ਪਹਾੜ ਬਿਨਾਂ ਜੰਗਲ ਤੋਂ ਵੀ ਗੁਰੀਲਾ ਵਾਰ ਸਫਲਤਾ ਨਾਲ ਲੜੀ ਜਾ ਸਕਦੀ। ਜਿਸ ਗੱਲ ਕਰਕੇ, ਜਿਸ ਨੁਕਤੇ ਕਰਕੇ ਉਦੋਂ ਹਮਲਾ ਹੋਇਆ ਸੀਗਾ ਕਿ ਸਿੱਖ ਆਪਣੇ ਆਪ 'ਚ ਇੰਨੇ ਸਮਰੱਥ ਹੋ ਗਏ ਸੀਗੇ ਅਤੇ ਦੁਨੀਆ ਦੇ ਇਸ ਖਿੱਤੇ ਦੇ ਬਹੁਤ ਸਾਰੇ ਲੋਕ ਸਿੱਖਾਂ ਦੇ ਵਿੱਚ ਆਪਣੇ ਆਗੂ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਖਣ ਲੱਗ ਗਏ ਸੀਗੇ, ਉਹ ਸਥਿਤੀ ਦੁਆਰਾ ਬਣ ਗਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖ਼ਤ ਦੇ ਮਾਲਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 1 ਜੂਨ ਹੈ, 1 ਜੂਨ ਤੋਂ ਤੀਸਰਾ ਘੱਲੂਘਾਰਾ, ਤੀਸਰੇ ਘੱਲੂਘਾਰੇ ਦਾ ਹਫ਼ਤਾ ਸ਼ੁਰੂ ਹੋ ਜਾਂਦਾ ਹੈ। ਤੋ ਪੂਰੀ ਦੁਨੀਆ ਭਰ ਦੇ ਵਿੱਚ ਅੱਜ ਤੋਂ 40 ਵਰਸ ਪਹਿਲਾਂ ਹੋਏ ਇਸ ਘੱਲੂਘਾਰੇ ਦੀ ਯਾਦ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਨਰਲ ਸਵੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬੀਬੀ ਉਪਕਾਰ ਕੌਰ ਜੀ ਤਥਾ ਉਹਨਾਂ ਦੇ ਨਾਲ ਹੋਰ ਸੈਂਕੜੇ ਲੜਨ ਵਾਲੇ ਯੋਧੇ
ਔਰ ਇਸ ਘੱਲੂਘਾਰੇ ਦੀ ਯਾਦ ਦੇ ਵਿੱਚ ਆਏ ਹੋਰ ਬੀਬੀ ਬੱਚੇ ਬਜ਼ੁਰਗ ਜਿਨ੍ਹਾਂ ਦੀਆਂ ਸ਼ਹਾਦਤਾਂ ਇਸ ਜੰਗ ਦੇ ਦੌਰਾਨ ਹੋਈਆਂ, ਉਹਨਾਂ ਸ਼ਹੀਦਾਂ, ਉਹਨਾਂ ਗੁਰਸਿੱਖਾਂ, ਉਹਨਾਂ ਬੀਬੀਆਂ ਭਚੰਗੀਆਂ ਨੂੰ ਯਾਦ ਕਰਨ ਦੇ ਲਈ ਅਤੇ ਉਹ ਕਿਸ ਆਸ਼ੇ ਦੇ ਲਈ ਸ਼ਹੀਦ ਹੋਏ, ਇਸ ਪ੍ਰਥਾਏ ਵਿਚਾਰਾਂ ਕਰਨ ਦੇ ਲਈ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਮਹਾਰਾਜ ਦੀ ਹਜ਼ੂਰੀ 'ਚ ਜੁੜਦੀਆਂ ਹਨ। ਸੋ ਇਸੇ ਹੀ ਸਥਾਨ ਤੋਂ, ਇਸੇ ਹੀ ਸਟੇਜ ਤੋਂ 2-3 ਸਾਲ ਹੋਏ ਲਗਾਤਾਰ ਆਪ ਸਭ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ। ਤੋ 2 ਨੁਕਤੇ ਹਨ ਜਿਨ੍ਹਾਂ ਦੇ ਉੱਤੇ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ, ਕਿਉਂਕਿ ਸਮਾਂ ਬਹੁਤਾ ਨਹੀਂ ਹੈ। ਸੰਖੇਪ ਦੇ ਵਿੱਚ ਹੀ ਮੈਂ ਆਪ ਜੀ ਦੇ ਨਾਲ ਉਹ ਨੁਕਤੇ ਸਾਂਝੇ ਕਰਨੇ, ਉਹ ਮੈਂ ਪਿਛਲੇ 2 ਸਾਲ ਵੀ ਕੀਤੇ, ਪਹਿਲੇ 2 ਸਾਲਾਂ 'ਚ ਥੋੜ੍ਹੇ ਵੱਧ ਵੇਰਵੇ ਨਾਲ ਕੀਤੇ ਹੋਣਗੇ, ਇਸ ਵਾਰ ਥੋੜ੍ਹੇ ਸੰਖੇਪ 'ਚ ਕਰਾਂਗੇ। ਪਹਿਲਾ ਨੁਕਤਾ ਇਸ ਸੰਬੰਧੀ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਕਿ ਇਹ ਤੀਸਰਾ ਘੱਲੂਘਾਰਾ ਹੋਣ ਦੀ ਅਸਲ ਵਜ੍ਹਾ, ਉਹ ਜ਼ਰੂਰ ਆਪਾਂ ਨੂੰ ਦੁਬਾਰਾ ਚਿਤਾਰਦੇ ਰਹਿਣਾ ਚਾਹੀਦਾ, ਚੇਤੇ ਕਰਦੇ ਰਹਿਣਾ ਚਾਹੀਦਾ, ਤਾਂ ਕਿ ਜੇ ਉਹ ਵਜ੍ਹਾ ਸਾਡੇ ਚੇਤੇ ਦੇ ਵਿੱਚ, ਸਾਡੀ ਯਾਦ ਦੇ ਵਿੱਚ ਉਤਰ ਜਾਏ, ਤਾਂ ਜਿੰਨਾ ਸਮਾਂ ਸਾਡੇ ਗਲ ਇਹ ਗੁਲਾਮੀ ਦਿੱਲੀ ਦੇ ਤਖ਼ਤ ਦੀ ਵਿਪਰਦੀ ਹੈ, ਉਹ ਸਾਨੂੰ ਸਾਡੇ ਗਲੋਂ ਲਾਹਣ ਦੇ ਲਈ ਸਦਾ ਸਾਨੂੰ ਤਤਪਰ ਰੱਖੇਗੀ, ਸਾਨੂੰ ਉਤਸ਼ਾਹਿਤ ਰੱਖੇਗੀ, ਸਾਡੇ ਇਸ ਜ਼ਖਮ ਨੂੰ ਸੂਰਜ ਬਣਨ ਵੱਲ ਲੈ ਕੇ ਜਾਏਗੀ। ਬਹੁਤ ਸਾਰੇ ਵਿਚਾਰ ਪ੍ਰਚਲਿਤ ਹਨ ਕਿ ਇਹ ਹਮਲਾ ਕਿਉਂ ਹੋਇਆ। ਬਹੁਤ ਸਾਰੇ ਵਿਦਵਾਨ ਨੇ ਲਿਖਦੇ ਕਿ ਇੰਦਰਾ ਗਾਂਧੀ ਨੇ ਅਗਲੀ ਜਨਰਲ ਇਲੈਕਸ਼ਨ ਲੋਕ ਸਭਾ ਦੀ ਜਿੱਤਣੀ ਸੀਗੀ, ਜਿਹੜੀ ਦਸੰਬਰ 1984 ਦੇ ਵਿੱਚ ਹੋਣੀ ਸੀਗੀ, ਉਸ ਨੇ ਇਲੈਕਸ਼ਨ ਜਿੱਤਣ ਦੀ ਖਾਤਰ ਇਹ ਸਾਰਾ ਪ੍ਰਪੰਚ ਰਚਿਆ। ਕੁਛ ਲੋਕ ਦੱਸਦੇ ਕਿ ਐਮਰਜੈਂਸੀ ਦੇ ਵੇਲੇ ਤੋਂ ਜਾਂ ਕੁਛ ਉਸ ਤੋਂ ਵੀ ਪਹਿਲਾਂ ਅਕਾਲੀ ਦਲ ਦੇ ਨਾਲ ਜੋ ਕਾਂਗਰਸ ਪਾਰਟੀ ਦਾ ਵਿਰੋਧ ਸੀਗਾ, ਉਹ 2 ਪਾਰਟੀਆਂ ਦੇ ਵਿਰੋਧ ਕਰਕੇ ਉਸਨੇ ਸਾਰੇ ਸਿੱਖਾਂ ਤੋਂ ਬਦਲਾ ਲੈਣ ਦੇ ਲਈ ਇਹ ਕੰਮ ਕੀਤਾ। ਭਾਵ ਉਹ ਵੀ ਵੋਟਾਂ ਦੇ ਦਾਇਰੇ ਦੇ ਵਿੱਚ ਇਹ ਗੱਲ ਕੀਤੀ ਜਾਂਦੀ। ਤਾਂ ਕੁਛ ਲੋਕ ਉਹ ਵੀ ਵੋਟਾਂ ਵਾਲੇ ਹੀ ਨੇ, ਉਹ ਕਹਿਣ ਲੱਗ ਜਾਂਦੇ ਨੇ ਬਿਲਕੁਲ ਬੇਬੁਨਿਆਦੀ ਜਿਹੀ ਗੱਲ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਇੰਦਰਾ ਗਾਂਧੀ ਅਤੇ ਕਾਂਗਰਸ ਨੇ ਹੀ ਪਹਿਲਾਂ ਅਕਾਲੀ ਦਲ ਨੂੰ ਡਾਊਨ ਕਰਨ ਦੇ ਲਈ ਖੜ੍ਹਾ ਕੀਤਾ, ਅਤੇ ਮੁੜ ਕੇ ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਕਹੇ ਤੋਂ ਬਾਹਰਾ ਹੋ ਗਏ, ਅਤੇ ਮੁੜ ਕੇ ਫਿਰ ਇਸ ਸਾਰੇ ਕਾਸੇ ਨੂੰ ਕਾਬੂ ਕਰਨ ਦੇ ਲਈ ਇਹ ਹਮਲਾ ਕਰਨਾ ਪਿਆ। ਉਹ ਵੀ ਵੋਟਾਂ ਵਾਲੇ ਭਾਈ ਕਹਿੰਦੇ ਨੇ ਉਹਨਾਂ ਨੂੰ ਵੋਟਾਂ 'ਚ ਇਹਦਾ ਕੋਈ ਫਾਇਦਾ ਹੁੰਦਾ ਹੋਊਗਾ। ਸੋ ਜ਼ਿਆਦਾ ਕਰਕੇ ਜਿਹੜਾ ਬਹੁਤਾ ਵਿਚਾਰ ਹੈ ਉਹ ਇਸ ਦਾਇਰੇ 'ਚ ਹੀ ਰਹਿੰਦਾ ਕਿ ਕਾਂਗਰਸ ਪਾਰਟੀ ਨੇ ਵੋਟਾਂ ਦਾ ਫਾਇਦਾ ਲੈਣਾ ਸੀਗਾ, ਜਾਂ ਅਕਾਲੀ ਦਲ ਨੇ ਵੋਟਾਂ ਦਾ ਫਾਇਦਾ ਲੈਣਾ ਸੀਗਾ, ਜਾਂ ਕਿਸੇ ਹੋਰ ਨੇ ਵੋਟਾਂ ਦਾ ਫਾਇਦਾ ਲੈਣਾ ਸੀਗਾ। ਉਹ ਵੋਟਾਂ ਦੇ ਦਾਇਰੇ 'ਚ ਹੀ ਬਹੁਤੀ ਗੱਲ ਕੀਤੀ ਕਰਾਈ ਅਤੇ ਸਮਝੀ ਜਾਂਦੀ। ਸਰਕਾਰ ਆਪਣੇ ਤੌਰ 'ਤੇ ਵੈਸੇ ਜਿਹੜੀ ਦਲੀਲ ਦਿੰਦੀ, ਜਿਹੜਾ ਉਹਨਾਂ ਨੇ ਇੱਕ ਵਾਈਟ ਪੇਪਰ ਲਿਖਿਆ ਹੋਇਆ ਉਹਦੇ ਵਿੱਚ ਉਹ ਲਿਖਦੇ ਕਿ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ ਹੈ ਉਹ ਬੇਵਜ੍ਹਾ ਪੰਜਾਬ ਦੇ ਵਿੱਚ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਹਿੰਦੂਆਂ ਦਾ ਕਤਲ ਕਰਨ ਲੱਗ ਗਏ ਸੀਗੇ, ਅਤੇ ਉਸ ਕਤਲੋ ਗਾਰਤ ਨੂੰ ਰੋਕਣ ਲਈ ਪੰਜਾਬ ਦੀ ਜਿਹੜੀ ਪੁਲਿਸ ਹੈ ਅਤੇ ਪੰਜਾਬ ਪ੍ਰਸ਼ਾਸਨ ਹੈ ਉਹ ਅਸਫਲ ਹੋ ਗਿਆ ਸੀਗਾ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਨੂੰ ਅਤੇ ਉਹਨਾਂ ਦੇ
ਜਿਹੜੇ ਇਹ ਸਾਥੀ ਯੋਧੇ ਇੱਕ ਸਾਰਾ ਕੁਛ ਕਰ ਰਹੇ ਉਹਨਾਂ ਨੂੰ ਪਕੜਨ ਦੇ ਲਈ ਅਸੀਂ ਇਹ ਐਡਾ ਵੱਡਾ ਫੌਜੀ ਹਮਲਾ ਕੀਤਾ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਇੱਕ ਦੋ ਦਲੀਲਾਂ ਹਨ। ਸੋ ਜਦੋਂ ਅਸੀਂ ਵਜ੍ਹਾ ਦੇ ਬਾਰੇ ਅਸਲ ਵਜ੍ਹਾ ਦੇ ਬਾਰੇ ਗੱਲ ਕਰਨੀ ਤਾਂ ਪਹਿਲੀ ਗੱਲ ਇਹ ਸਮਝਣੀ ਚਾਹੀਦੀ ਕਿ ਇਹ ਹਮਲਾ ਇਕੱਲਾ ਅਕਾਲ ਤਖ਼ਤ ਸਾਹਿਬ 'ਤੇ ਜਾਂ ਇਕੱਲਾ ਦਰਬਾਰ ਸਾਹਿਬ 'ਤੇ ਨਹੀਂ ਸੀਗਾ, ਇਹ ਹਮਲਾ ਪੂਰੇ ਉੱਤਰ ਭਾਰਤ 'ਤੇ ਸੀਗਾ। 60-70 ਗੁਰਦੁਆਰਿਆਂ ਦੀ ਤਾਂ ਸੂਚੀ ਹੈ, ਉਹ ਐਸੇ ਗੁਰਦੁਆਰਾ ਸਾਹਿਬ ਤੋਂ ਆਪਾਂ ਜਾਰੀ ਕੀਤੀ ਸੀਗੀ ਕੁਛ ਅਰਸਾ ਪਹਿਲਾਂ, ਜਿਨ੍ਹਾਂ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਫੌਜ ਗਈ ਅਤੇ ਫੌਜ ਦੇ ਜਬਰ ਦੀਆਂ ਘਟਨਾਵਾਂ ਉੱਥੇ ਹੋਈਆਂ। ਪਰ ਜਿਹੜੇ ਸਰੀਰ ਇੱਥੇ 50 ਸਾਲ ਦੇ ਆਸ ਪਾਸ ਹੋਣਗੇ, ਕਿਉਂਕਿ 40 ਸਾਲ ਤਾਂ ਇਸ ਘੱਲੂਕਾਰੇ ਨੂੰ ਹੋ ਗਏ, ਜਿਹੜੇ 50 ਸਾਲ ਦੇ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਫੌਜ ਇਕੱਲੀ ਗੁਰਦੁਆਰਿਆਂ 'ਚ ਨਹੀਂ ਗਈ ਸੀਗੀ, ਫੌਜ ਤਾਂ ਹਰੇਕ ਪਿੰਡ ਹਰੇਕ ਸ਼ਹਿਰ ਹਰ ਜਗ੍ਹਾ ਹੀ ਗਈ ਸੀਗੀ। ਮੈਂ ਉਦੋਂ ਛੋਟਾ ਜਿਹਾ ਸੀਗਾ, 5-6 ਸਾਲ ਦਾ, ਸਾਡੇ ਸਕੂਲ 'ਚ ਵੀ ਫੌਜ ਸੀਗੀ, ਤਾਂ ਫੌਜ ਤਾਂ ਹਰੇਕ ਚੱਪੇ ਚੱਪੇ 'ਚ ਸੀਗੀ, ਇਕੱਲੇ ਪੰਜਾਬ 'ਚ ਨਹੀਂ ਸੀਗੀ, ਹਰਿਆਣੇ 'ਚ ਵੀ ਸੀਗੀ, ਨਾਲ ਲੱਗਦੇ ਰਾਜਸਥਾਨ 'ਚ ਵੀ ਸੀਗੀ। ਸੋ ਹਮਲਾ ਇਕੱਲੇ ਦਰਬਾਰ ਸਾਹਿਬ 'ਤੇ, ਅਕਾਲ ਤਖ਼ਤ ਸਾਹਿਬ 'ਤੇ ਜਾਂ 60-70 ਗੁਰਦੁਆਰਿਆਂ 'ਤੇ ਨਾ ਹੈ, ਇਸ ਪੂਰੇ ਹੀ ਇੱਕ ਖਿੱਤੇ ਦੇ ਉੱਤੇ ਜਿਹੜਾ ਕਿਸੇ ਵਕਤ ਮਿਸਲਾਂ ਦੇ ਰਾਜ ਦੇ ਅਧੀਨ ਰਿਹਾ, ਪੂਰਾ ਵੱਡਾ ਸਿੱਖ ਸਟੇਟ, ਸਿੱਖ ਰਿਆਸਤਾਂ ਦਾ ਜਿੰਨਾ ਸਾਰਾ ਇਲਾਕਾ, ਉਹਦੇ ਸਾਰੇ ਦੇ ਉੱਤੇ ਹੀ ਫੌਜੀ ਹਮਲਾ ਸੀਗਾ। ਅਤੇ ਹੁਣ ਸਾਨੂੰ ਗੱਲਾਂ ਵਿਸਰ ਗਈਆਂ ਨੇ, ਅਤੇ ਤੁਸੀਂ ਪੁਰਾਣਾ ਕੁਛ ਖਬਰਾਂ ਦੇਖੋ, ਕਿੰਨੀ ਜਗ੍ਹਾ ਆਮ ਪਿੰਡਾਂ ਦੇ ਵਿੱਚ ਵੀ ਗੋਲੀ ਚੱਲੀ। ਮਾਝੇ ਦੇ ਵਿੱਚ ਤਰਨ ਤਾਰਨ ਵਾਲੀ ਸਾਈਡ ਤੋਂ ਬਹੁਤ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਦਰਬਾਰ ਸਾਹਿਬ ਵੱਲ ਨੂੰ ਚੱਲਣ ਲੱਗੇ ਤਾਂ ਉਹਨਾਂ ਦੇ ਉੱਤੇ ਫਾਇਰਿੰਗ ਹੋਈ, ਕਿਉਂਕਿ ਇਹ ਸਾਰੀ ਫਾਇਰਿੰਗ ਉਹ ਕਰਫਿਊ ਦੌਰਾਨ ਹੋਈ, ਫੌਜੀ ਰਾਜ ਦੇ ਅਧੀਨ ਹੋਈ, ਕਿਉਂਕਿ ਪੰਜਾਬ ਫੌਜ ਦੇ ਅੰਡਰ ਦੇ ਦਿੱਤਾ ਸੀਗਾ, ਇਸ ਕਰਕੇ ਉਹਦੀ ਮੁੜ ਕੇ ਕੋਈ ਤਫਤੀਸ਼ ਕੋਈ ਵੇਰਵੇ ਹੀ ਨਹੀਂ ਇਕੱਤਰ ਹੋਏ। ਤਾਂ ਉੱਦਾਂ ਮਾਝੇ ਦੇ ਵਿੱਚ ਜਿਹੜੇ ਉਸ ਵੇਲੇ ਦੇ ਲੋਕ ਦੱਸਦੇ ਨੇ, ਕਹਿੰਦੇ ਕਿ 100 ਦੇ ਆਸ ਪਾਸ ਬੰਦਾ ਤਾਂ ਮਰਿਆ ਹੋਊਗਾ ਜ਼ਰੂਰ, ਸ਼ਹੀਦ ਹੋਇਆ ਹੋਊਗਾ। ਸੋ ਮੇਰਾ ਕਹਿਣ ਦਾ ਭਾਵ ਕਿ ਇਹ ਹਮਲਾ ਇੱਕ ਜਗ੍ਹਾ ਨਹੀਂ, ਇਸ ਪੂਰੇ ਵੱਡੇ ਖਿੱਤੇ 'ਚ ਸੀਗਾ। ਜੇ ਆਪਾਂ ਇਹ ਗੱਲ ਨੂੰ ਤਸਵੀਰ ਨੂੰ ਸਾਹਮਣੇ ਰੱਖ ਕੇ ਇਹਦੇ ਕਾਰਨ ਲੱਭਣ ਵੱਲ ਜਾਵਾਂਗੇ ਤਾਂ ਸੌਖੀ ਸਮਝ ਆਉਂਦੀ। ਸੋ ਜੇ ਕਾਰਨ ਲੱਭਣ ਦੀ ਗੱਲ ਕਰਨੀ ਤਾਂ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਗਿਆਨੀ ਜੀ ਹੁਣੀ ਵੀ ਕਹਿ ਕੇ ਗਏ ਕਿ 84 ਦਾ ਕਾਰਨ ਲੱਭੋਗੇ ਤਾਂ 47 ਤੱਕ ਜਾਣਾ ਪਏਗਾ, 47 ਤੋਂ ਪਿੱਛੋਂ ਗੁਰੂ ਨਾਨਕ ਪਾਤਸ਼ਾਹ ਤੱਕ ਗੱਲ ਜਾਏਗੀ, ਇਹ ਗੱਲਾਂ ਬਿਲਕੁਲ ਠੀਕ ਨੇ। ਤਾਂ ਮੈਂ 47 ਤੋਂ ਸ਼ੁਰੂ ਕਰ ਦਾਂ। ਬੁਨਿਆਦੀ ਗੱਲ, ਦਾਰਸ਼ਨਿਕ ਸਿਧਾਂਤ ਜਿਸ ਕਰਕੇ ਹਮਲਾ ਹੋਇਆ, ਬੇਸ਼ੱਕ ਗੁਰਮਤ ਦਾ ਜੋ ਵਿਪਰ ਦੀ ਰੀਤ ਨਾਲ ਵਿਪਰ ਸੰਸਕਾਰ ਦੇ ਨਾਲ ਆਪਸੀ ਵਿਰੋਧ ਹੈ, ਉਹਦੇ ਵਿੱਚੋਂ ਹੀ ਇਹ ਹਮਲਾ ਉਪਜਿਆ, ਅਤੇ ਇਹਦੇ ਵਿੱਚੋਂ ਹੀ ਉਸ ਤੋਂ ਪਹਿਲਾਂ ਵੀ ਅੱਜ ਵੀ ਭਵਿੱਖ ਦੇ ਵਿੱਚ ਵੀ ਵਿਪਰ ਦਾ ਸਾਡੇ 'ਤੇ ਜੋ ਵੀ ਸੂਖਮ ਅਤੇ ਸਥੂਲ ਹਮਲਾ ਰਹਿੰਦਾ ਹੈ, ਉਹ ਜੋ ਗੁਰਮਤ ਦਾ ਵਿਪਰ ਸੰਸਕਾਰ ਦੇ ਨਾਲ ਵਿਰੋਧ ਉਹਦੇ 'ਚੋਂ ਹੀ ਹੁੰਦਾ। ਪਰ ਜਿਹੜੀਆਂ ਸਮੇਂ ਦੀਆਂ ਰਾਜਸੀ ਘਟਨਾਵਾਂ ਨੇ ਉਹਨਾਂ ਦੇ ਜੋ ਕਾਰਨ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। 1947 ਦੇ ਵਿੱਚ ਸੱਤਾ ਦਾ ਤਬਾਦਲਾ ਹੋਇਆ, ਇੱਥੋਂ ਫਿਰੰਗੀ ਜਿਹੜਾ ਦਿੱਲੀ ਦੇ ਤਖ਼ਤ ਦੇ ਉੱਤੇ ਜਿਹਨੇ ਰਾਜ ਕੀਤਾ ਪੰਜਾਬ 100 ਸਾਲ ਅਤੇ ਬਾਕੀ ਇੰਡੀਆ 'ਚ ਲਗਭਗ 200 ਸਾਲ, ਉਹ ਸੱਤਾ ਦਾ ਤਬਾਦਲਾ ਕਰਕੇ ਆਪਣੇ ਵਰਗੀ ਧੀਰਜ ਕਾਂਗਰਸ ਜਿਹੜੀ ਉਹਨੇ ਆਪ ਹੀ 1885 ਪੈਦਾ ਕੀਤੀ ਸੀਗੀ, ਜਿਹਦੇ ਲੀਡਰਾਂ ਨੂੰ ਉਹਨਾਂ ਨੇ ਆਪ ਹੀ ਬਾਹਰ ਲੰਡਨ ਫਰਾਂਸ 'ਚ ਪੜ੍ਹਾਇਆ ਸੀਗਾ, ਉਹਨਾਂ ਨੂੰ ਆਪਣੀ ਤਹਿਜੀਬ ਸਿਖਾਈ, ਆਪਣੀ ਵਿਚਾਰਧਾਰਾ ਸਿਖਾਈ, ਆਪਣੀ ਭਾਸ਼ਾ ਸਿਖਾਈ,
ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣਾ ਖਾਣਾ ਪੀਣਾ, ਆਪਣਾ ਪਹਿਰਾਵਾ ਸਿਖਾ ਕੇ ਇੱਕ ਨਵੀਂ ਜਮਾਤ ਪੈਦਾ ਕਰ ਦਿੱਤੀ ਸੀਗੀ। ਉਸ ਜਮਾਤ ਨੂੰ, ਜਿਹੜੀ ਜਮਾਤ ਅੰਗਰੇਜ਼ਾਂ ਵਾਂਗੂ ਹੀ ਵਪਾਰੀਆਂ ਦੀ ਜਮਾਤ ਸੀਗੀ, ਜਿਹੜੀ ਅੰਗਰੇਜ਼ਾਂ ਵਾਂਗੂ ਹੀ ਕਿਰਤੀਆਂ ਨੂੰ, ਕਿਸਾਨਾਂ ਨੂੰ, ਕੁਦਰਤ ਦੇ ਸਰੋਤਾਂ ਨੂੰ ਸ਼ੋਸ਼ਣ ਕਰਨ ਦੇ ਵਿੱਚ ਇੱਕ ਰੱਤੀ, ਜਿੰਨਾ ਵੀ ਜਿਨ੍ਹਾਂ ਨੂੰ ਕੋਈ ਦਰੇਗ ਜਾਂ ਮਨ 'ਤੇ ਬੋਝ ਨਸ ਪੈਂਦਾ ਹੈ, ਇੱਕ ਐਸੀ ਜਮਾਤ ਪੈਦਾ ਕਰਕੇ ਗਈ ਸੀ ਜਿਹਨੂੰ ਉਸ ਜਹਾਨ ਦਾ, ਉਸ ਦਰਗਾਹ ਦੇ ਵਿੱਚ ਲੇਖਾ ਦੇਣ ਦਾ ਕੋਈ ਬਹੁਤਾ ਫਿਕਰ ਨਾ ਸੀ। ਤਾਂ ਉਸ ਤਰ੍ਹਾਂ ਦੀ ਆਪਣੀ ਪੈਦਾ ਕੀਤੀ ਜਮਾਤ ਨੂੰ ਉਹ 47 ਦੇ ਵਿੱਚ ਰਾਜ ਦੇ ਕੇ ਚਲੇ ਗਏ। ਅਤੇ ਸਿੱਖ ਅੱਜ ਵਾਂਗੂ ਹੀ ਮੁੱਖ ਰੂਪ ਦੇ ਵਿੱਚ, ਸਿੱਖ ਉਦੋਂ ਵੀ ਇੰਨੇ ਹੀ ਭੋਲੇ, ਇੰਨੇ ਹੀ ਜਜ਼ਬਾਤੀ ਸੀਗੇ ਜਿੱਦਾਂ ਅੱਜ ਨੇ। ਅਤੇ ਉਹ ਭੋਲਿਆਂ ਨੇ, ਜਜ਼ਬਾਤੀਆਂ ਨੂੰ ਉਹਨਾਂ ਨੇ ਲਾਰਿਆਂ 'ਚ ਲਾ ਲਿਆ, ਅਤੇ ਉਹਨਾਂ ਦੇ ਲਾਰਿਆਂ ਦੇ ਤੌਰ 'ਤੇ ਉਹ ਇੰਡੀਆ ਦੇ ਨਾਲ ਉਹਨਾਂ ਨੇ ਆਪਣੀ ਕਿਸਮਤ ਜੋੜ ਲਈ। ਅਤੇ ਜਦੋਂ ਇੰਡੀਆ ਦਾ ਸੰਵਿਧਾਨ ਬਣਾਇਆ ਜਾਣ ਲੱਗਾ, ਜਿਹਦੇ ਆਧਾਰ ਦੇ ਉੱਤੇ ਇਹ ਦੇਸ਼ ਚੱਲਣਾ ਸੀਗਾ, ਉਸ ਵਕਤ ਜੋ ਮਾਨਤਾ ਸਿੱਖਾਂ ਨੂੰ ਫਿਰੰਗੀ ਦੇ ਰਾਜ ਸੀਗੀ, ਉਹ ਵੀ ਖੋਹ ਲਈ। ਫਿਰੰਗੀ ਦੇ ਰਾਜ ਦੇ ਵਿੱਚ ਵੀ ਸਿੱਖਾਂ ਦੀ ਘੱਟੋ ਘੱਟ ਜਿਹੜੀ ਨਿਆਰੀ ਅਤੇ ਆਜ਼ਾਦ ਪਛਾਣ ਹੈ ਧਰਮ ਦੇ ਤੌਰ 'ਤੇ ਸਾਂਝੀ, ਗੁਰਸੰਗਤ ਦੇ ਤੌਰ 'ਤੇ, ਗੁਰੂ ਖਾਲਸਾ ਪੰਥ ਦੇ ਤੌਰ 'ਤੇ, ਉਹ ਵੀ ਖੋਹ ਲਈ। ਅੰਗਰੇਜ਼ ਸਿੱਖਾਂ ਦੀ ਇਹ ਸਾਂਝੀ ਪਛਾਣ ਨੂੰ ਮਾਨਤਾ ਦਿੰਦਾ ਸੀਗਾ। ਇਸੇ ਕਰਕੇ ਜਦੋਂ ਕਮਿਊਨਲ ਅਵਾਰਡ ਆਇਆ, ਕਿਉਂਕਿ ਵੋਟਾਂ ਪਹਿਲਾਂ ਵੀ ਹੋਈਆਂ ਸੀਗੀਆਂ 47 ਤੋਂ, 1937 'ਚ ਵੀ ਹੋਈਆਂ, 1946 'ਚ ਵੀ ਹੋਈਆਂ, ਅੰਗਰੇਜ਼ਾਂ ਦੇ ਵਕਤ ਸਿੱਖਾਂ ਦੇ MP MLA ਜਿਹੜੇ ਚੁਣੇ ਜਾਂਦੇ ਸੀਗੇ, ਉਹਨਾਂ ਨੂੰ ਚੁਣਨ ਲਈ ਸਿੱਖ ਹੀ ਵੋਟ ਪਾਉਂਦੇ ਸੀਗੇ। ਜੇ ਕੋਈ ਸਿੱਖ MLA ਆ, ਉਹਦੇ ਮੁਕਾਬਲੇ ਸਿੱਖ MLA ਹੀ ਖੜ੍ਹ ਸਕਦਾ, ਅਤੇ ਇਕੱਲੇ ਸਿੱਖ ਹੀ ਉਹਨੂੰ ਵੋਟ ਪਾਉਂਦੇ ਸੀਗੇ। ਇਸੇ ਕਰਕੇ ਉਹ ਸਿੱਖਾਂ ਦੀ ਗੱਲ ਕਰਦੇ ਸੀਗੇ, ਉਹਨਾਂ 'ਤੇ ਬਾਕੀ ਸਾਰਿਆਂ ਦੀਆਂ ਵੋਟਾਂ ਲੈਣ ਦਾ ਬੋਝ ਨਾ ਸੀ। ਅੱਜ ਹੁਣ ਇਹ ਆ ਕਿ ਨੁਮਾਇੰਦੇ ਸਿੱਖਾਂ ਦੇ ਹੁੰਦੇ ਆ, ਪਾਰਟੀ ਸਿੱਖਾਂ ਦੀ ਹੁੰਦੀ ਆ, ਪਰ ਬਾਕੀ ਵੀ ਸਾਰਿਆਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਨੇ। ਇਸ ਕਰਕੇ ਬਾਕੀਆਂ ਦੀਆਂ ਵੋਟਾਂ ਲੈਣ ਕਰਕੇ ਉਹ ਜਿਸ ਜਮਾਤ ਦੇ ਵਿੱਚੋਂ ਉੱਗਦੇ ਆ, ਪੈਦਾ ਹੁੰਦੇ ਆ, ਉਹਦੇ ਹਿੱਤਾਂ ਦੀ ਬਜਾਏ ਦੂਜੇ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕਿੱਦਾਂ ਲੈਣੀਆਂ ਨੇ, ਇਹ 'ਤੇ ਹੀ ਬਹੁਤਾ ਧਿਆਨ ਰਹਿ ਜਾਂਦਾ, ਆਪਣੇ ਵਿਸਰ ਜਾਂਦੇ ਨੇ। ਪਰ ਅੰਗਰੇਜ਼ਾਂ ਦੇ ਵਕਤ ਸਿੱਖਾਂ ਦੀ ਇਹ ਮਾਨਤਾ ਸੀਗੀ ਕਿ ਸਿੱਖ ਇੱਕ ਵੱਖਰੀ ਨਿਆਰੀ ਆਜ਼ਾਦ ਰਾਜਨੀਤਿਕ ਹਸਤੀ ਆ। ਉਸ ਮਾਨਤਾ ਨੂੰ ਵੀ ਇੰਡੀਆ ਦੇ ਸੰਵਿਧਾਨ ਨੇ ਜਦੋਂ ਖੋਹ ਲਿਆ, ਤਾਂ ਉਸ ਵਕਤ ਸਿੱਖਾਂ ਦੇ ਜਿਹੜੇ ਦੋ ਨੁਮਾਇੰਦੇ ਉਸ ਵਿਧਾਨ ਘੜਨ ਵਾਲੀ ਇਸ ਸਭਾ 'ਚ, ਪਾਰਲੀਮੈਂਟ ਦੇ ਵਿੱਚ, ਜਿਹਨੂੰ ਕੰਸਟੀਚੁਐਂਟ ਅਸੈਂਬਲੀ ਕਹਿੰਦੇ ਸੀਗੇ, ਉਹਨਾਂ ਨੇ ਇਸੇ ਕਰਕੇ ਉੱਤੇ ਦਸਖਤ ਨਸ ਕੀਤੇ ਕਿ ਜੇ ਸਾਡੀ ਤੁਸੀਂ ਸਾਂਝੀ ਪਛਾਣ ਨੂੰ ਹੀ ਨਹੀਂ ਮੰਨਦੇ, ਫਿਰ ਤੁਸੀਂ ਸਾਨੂੰ ਕਿਆ ਦਿਓਗੇ। ਸਿੱਖ ਤਾਂ ਇਹ ਚਾਹੁੰਦੇ ਸੀਗੇ ਕਿ ਅੰਗਰੇਜ਼ਾਂ ਦੇ ਵੇਲੇ ਸਾਡੀ ਮਾਨਤਾ ਤਾਂ ਮੰਨੀ ਗਈ ਸੀਗੀ, ਪਰ ਸਾਨੂੰ ਰਾਜਨੀਤਿਕ ਫੈਸਲੇ ਲੈਣ ਦੀ ਖੁਦ ਮੁਖਤਿਆਰੀ ਨਹੀਂ ਮਿਲੀ ਸੀਗੀ। 47 ਤੋਂ ਬਾਅਦ ਜਦੋਂ ਇੱਥੋਂ ਦੇ ਲੋਕਾਂ ਦਾ ਰਾਜ ਆ ਗਿਆ, ਸਿੱਖ ਇਹ ਆਸ ਕਰਦੇ ਸੀਗੇ ਕਿ ਸਾਨੂੰ ਉਹ ਖੁਦ ਮੁਖਤਿਆਰੀ, ਰਾਜਨੀਤਿਕ ਖੁਦ ਮੁਖਤਿਆਰੀ ਵੀ ਮਿਲੇਗੀ, ਤਾਂ ਕਰਕੇ ਅਸੀਂ ਆਪਣੇ ਫੈਸਲੇ, ਆਪਣੇ ਨਿਰਣੇ ਆਪ ਲੈਣ ਦਾ ਹੱਕ ਸਾਨੂੰ ਮਿਲ ਜਾਏਗਾ। ਜਿਸ ਤਰ੍ਹਾਂ ਕਾਂਗਰਸ ਨੇ ਕਿਹਾ ਵੀ ਸੀਗਾ, ਗਾਂਧੀ ਨੇ ਵੀ ਕਿਹਾ ਸੀਗਾ, ਨਹਿਰੂ ਨੇ ਵੀ ਕਿਹਾ ਸੀਗਾ ਕਿ ਨੌਰਥ ਇੰਡੀਆ ਦੇ ਵਿੱਚ ਅਸੀਂ ਇੱਕ ਐਸਾ ਖਿੱਤਾ ਬਣਾਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਤਾਂ ਉਹ ਖੁਦ ਮੁਖਤਿਆਰੀ ਦਾ ਹੱਕ ਕਿੱਥੋਂ ਦੇਣਾ ਸੀਗਾ, ਜਿਸ ਪਛਾਣ ਨੂੰ, ਜਿਸ
ਆਧਾਰ 'ਤੇ ਮਿਲਣਾ ਸੀਗਾ ਉਹ ਵੀ ਖੋਹ ਲਿਆ। ਸੋ ਉਸ ਵਕਤ ਦੀ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਸੀਗੀ, ਉਹਨਾਂ ਨੇ ਨਹਿਰੂ ਨੂੰ ਚੇਤੇ ਕਰਾਉਣ ਦਾ ਯਤਨ ਕੀਤਾ, ਬਟ ਮਾਸਟਰ ਤਾਰਾ ਸਿੰਘ ਨੂੰ ਨਰੇਲਾ ਹੀ ਫੜ ਲਿਆ। ਅਤੇ ਉਸ ਵਕਤ ਹਾਲਾਤ ਪਤਾ ਨਹੀਂ ਕਿਸ ਤਰ੍ਹਾਂ ਹੋਏ ਹੋਣਗੇ, ਅਤੇ ਸਿੱਖਾਂ ਦੀ ਬਹੁਤੀ ਲੀਡਰਸ਼ਿਪ ਉਸ ਵਕਤ 47 ਤੋਂ ਲੈ ਕੇ 50 ਤੱਕ ਕਾਂਗਰਸ ਚਲੀ ਗਈ, ਇਸ ਧੱਕੇ ਦੇ ਖਿਲਾਫ ਲੜਨ ਦੀ ਬਜਾਏ। ਇੱਕ ਬੜੀ ਦੁਖਦਾਈ ਗੱਲ ਹੈ ਕਿ 47 ਤੋਂ ਪਹਿਲਾਂ ਲਗਭਗ ਜਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, 50 ਤੱਕ ਉਹ ਸਾਰੇ ਕਾਂਗਰਸ ਚਲੇ ਗਏ ਮਾਸਟਰ ਤਾਰਾ ਸਿੰਘ ਤੋਂ ਬਿਨਾਂ। ਅਕਾਲ ਤਖਤ ਸਾਹਿਬ ਦੇ ਦੋ ਜਥੇਦਾਰ ਵੀ ਚਲੇ ਗਏ। ਤਾਂ ਉਸ ਹਾਲਾਤ ਦੇ ਵਿੱਚ ਅਕਾਲੀ ਦਲ ਆਪਣੀ ਇਸ ਗੱਲ 'ਤੇ ਲੜਿਆ ਨਹੀਂ ਵੀ ਤੁਸੀਂ ਸਾਡੀ ਧਾਰਮਿਕ ਪਛਾਣ ਨੂੰ, ਨਿਆਰੀ ਜਿਹੜੀ ਆਜ਼ਾਦ ਪਛਾਣ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਤੋਂ ਚਲੀ ਆ ਰਹੀ, ਉਹਨੂੰ ਤੁਸੀਂ ਕਿੱਦਾਂ ਖੋਹ ਸਕਦੇ ਹੋ। ਉਹਦੀ ਬਜਾਏ ਉਹਨਾਂ ਨੇ ਆਪਣੇ ਆਪ ਨੂੰ ਨਰਮ ਪੈਂਚੜੇ 'ਤੇ ਲੈ ਆਉਂਦਾ, ਉਹ ਪੰਜਾਬੀ ਪਛਾਣ 'ਤੇ ਆ ਗਏ, ਪੰਜਾਬੀ ਸੂਬਾ ਮੰਗਣ ਲੱਗ ਗਏ। ਅਤੇ ਪੰਜਾਬੀ ਸੂਬੇ ਲਈ ਐਜੀਟੇਸ਼ਨ ਹੋਇਆ, ਅਤੇ ਉਹ ਜਦੋਂ ਐਜੀਟੇਸ਼ਨ ਤੋਂ ਬਾਅਦ ਰਾਜ ਆਇਆ ਤਾਂ ਉਸ ਰਾਜ 'ਚ ਪੰਜਾਬ 'ਤੇ ਸਰਕਾਰ ਬਣ ਗਈ। ਉਦੋਂ ਪਤਾ ਲੱਗਾ ਕਿ ਸੂਬਿਆਂ ਦੇ ਕੋਲ ਤਾਂ ਹੱਕ ਹੀ ਨਹੀਂ ਹਨ ਆਪਣੇ ਆਪ ਦੀ ਆਪਣੀ ਕਿਸਮਤ ਦਾ ਆਪਣਾ ਫੈਸਲਾ ਲੈਣ ਦੇ। ਉਸ ਤੋਂ ਬਾਅਦ ਅਕਾਲੀ ਦਲ ਨੇ ਇਸ ਗੱਲ 'ਤੇ ਐਜੀਟੇਸ਼ਨ ਸ਼ੁਰੂ ਕੀਤਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ। ਉਹ 67 ਤੋਂ ਪਹਿਲਾਂ ਨਹੀਂ ਕਦੇ ਗੱਲ ਕੀਤੀ, ਕਿਉਂਕਿ 67 ਤੋਂ ਪਹਿਲਾਂ ਕਦੇ ਸਰਕਾਰ 'ਚ ਹੀ ਨਹੀਂ ਆਏ ਸੀਗੇ, ਅੰਦਾਜ਼ਾ ਹੀ ਨਹੀਂ ਸੀਗਾ ਕਿ ਸੂਬਿਆਂ ਕੋਲ ਹੱਕ ਕਿਆ ਨੇ। ਹਜ਼ਾਂਕਿ 67 ਦੇ ਵਿੱਚ ਬਹੁਤ ਹੱਕ ਸੀਗੇ ਜਿਹੜੇ ਬਾਅਦ ਦੇ ਵਿੱਚ ਐਮਰਜੈਂਸੀ ਵੇਲੇ ਖੋਹ ਲਏ ਗਏ, ਜਾਂ ਹੁਣ ਆ ਮੋਦੀ ਦੇ ਵੇਲੇ ਤਾਂ ਕੁਛ ਵੀ ਨਹੀਂ ਛੱਡਿਆ ਹੈ ਸੂਬਿਆਂ ਕੋਲ। ਤਾਂ ਉਦੋਂ ਅਕਾਲੀ ਦਲ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸਾਨੂੰ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦੇ ਨੇ। ਅਤੇ ਅਨੰਦਪੁਰ ਸਾਹਿਬ ਦਾ ਮਤਾ, ਜਿਹਦੇ ਵਿੱਚ ਮੁੱਖ ਇਹ ਦੋ ਹੀ ਗੱਲਾਂ ਸੀਗੀਆਂ, ਅਨੰਦਪੁਰ ਸਾਹਿਬ ਦੇ ਮਤੇ ਦੀ ਪਹਿਲੀ ਮੁੱਖ ਗੱਲ ਇਹ ਸੀਗੀ ਕਿ ਸਾਡੀ ਜਿਹੜੀ ਸਾਂਝੀ ਧਾਰਮਿਕ ਪਛਾਣ ਹੈ ਖਾਲਸਾ ਪੰਥ ਦੇ ਤੌਰ 'ਤੇ ਉਹਨੂੰ ਮਾਨਤਾ ਦਿੱਤੀ ਜਾਏ, ਅਤੇ ਦੂਜੀ ਇਹ ਸੀਗੀ ਕਿ ਉਸ ਸਾਡੀ ਸਾਂਝੀ ਪਛਾਣ ਨੂੰ ਮਾਨਤਾ ਦੇ ਕੇ ਸਾਨੂੰ ਵੱਧ ਅਧਿਕਾਰ ਦਿੱਤੇ ਜਾਣ। ਉਹ ਇਕੱਲੇ ਪੰਜਾਬ ਨੂੰ ਵੱਧ ਅਧਿਕਾਰ ਦੇਣ ਦਾ ਜਾਂ ਸੂਬਿਆਂ ਨੂੰ ਇਕੱਲੇ ਨੂੰ ਵੱਧ ਅਧਿਕਾਰ ਦੇਣ ਦਾ ਨਾ ਮਸਲਾ ਹੈ, ਸਿਰਫ ਆਪਣੀ ਧਾਰਮਿਕ ਪਛਾਣ ਨੂੰ ਮਨਵਾਉਣ ਦਾ ਮਸਲਾ ਸੀਗਾ, ਆਪਣੇ ਨਿਆਰੇਪਨ ਨੂੰ ਮਨਵਾਉਣ ਦਾ ਮਸਲਾ ਸੀਗਾ। ਪਰ ਉਹਦਾ ਹਸ਼ਰ ਆਪਣੇ ਸਾਹਮਣੇ ਹੀ ਕਿਹਾ ਹੋਇਆ। ਤਾਂ ਇੱਕ ਪਾਸੇ ਸਿੱਖ ਇਸ ਤਰ੍ਹਾਂ ਪੋਲੀਟੀਕਲ ਲੜਾਈ ਲੜ ਰਹੇ, ਹੌਲੀ ਹੌਲੀ 75 ਸਨ ਆ ਗਿਆ, 75 ਦੇ ਵਿੱਚ ਐਮਰਜੈਂਸੀ ਲਾਗੂ ਹੋਈ, ਉਸ ਦੇ ਵਿੱਚ ਸਾਰੇ ਹੀ ਇੰਡੀਆ ਦੇ ਜਿਹੜੇ ਨਾਗਰਿਕ ਹੈ ਉਹਨਾਂ ਦੇ ਹੱਕ ਖੋਹ ਲਏ ਗਏ। ਅਤੇ ਉਸ ਵਕਤ ਸਿੱਖ ਇਕੱਲੇ ਆਪਣੇ ਲਈ ਨਹੀਂ, ਹੱਕ ਤਾਂ ਸਾਰੇ ਇੰਡੀਆ ਦੇ ਖੋਏ ਗਏ, ਸਿੱਖਾਂ ਦੇ ਵੀ ਖੋਏ ਗਏ, ਬਟ ਸਿੱਖ ਸਭ ਤੋਂ ਅੱਗੇ ਹੋ ਕੇ ਲੜੇ ਬਾਕੀ ਸਾਰੇ ਲੋਕਾਂ ਦੇ ਵੀ। ਉਸ ਤੋਂ ਪਹਿਲਾਂ ਇਸ ਤਰ੍ਹਾਂ ਇੰਦਰਾ ਗਾਂਧੀ ਦੇ ਜਾਂ ਸੈਂਟਰ ਦੇ ਖਿਲਾਫ਼ ਕੋਈ ਇਸ ਤਰ੍ਹਾਂ ਲੜਿਆ ਨਾ ਸਹਿ ਸੂਬਿਆਂ 'ਚ। ਤੋ ਜਿਸ ਤਰ੍ਹਾਂ ਇਹ ਸਿੱਖ ਲੜੇ, ਤਾਂ ਉਸ ਵਕਤ ਜਿੰਨੇ ਵੀ ਸਾਰੇ ਸੂਬਿਆਂ ਦੇ ਹੋਰ ਬੋਲੀਆਂ ਭਾਸ਼ਾਵਾਂ ਵਾਲੇ SC ਜਾਂ ST ਜਿੰਨੇ ਵੀ ਸਾਰੇ ਜਾਂ ਧਾਰਮਿਕ ਲੋਕ ਸੈਂਟਰ ਦੇ ਖਿਲਾਫ਼ ਜਾਂ ਵਿਪਰ ਦੇ ਖਿਲਾਫ਼ ਲੜ ਰਹੇ ਸੀਗੇ, ਤਾਂ ਉਹਨਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਕਿ ਆਹ ਇੱਕ ਲੋਕ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਅਸੀਂ ਸੈਂਟਰ ਨਾਲ ਲੜ ਸਕਦੇ ਹਾਂ, ਸਾਡੀ ਪਛਾਣ ਸਾਡੀ ਹੋਂਦ ਬਚ ਸਕਦੀ। ਤਾਂ ਸਿੱਖਾਂ ਦੀ ਹੈਸੀਅਤ, ਸਿੱਖਾਂ ਦੀ ਪੋਲੀਟਿਕਸ ਪੰਜਾਬ ਤੋਂ ਬਾਹਰ ਨਿਕਲ ਕੇ ਪੂਰੇ ਇੰਡੀਆ ਲੈਵਲ 'ਤੇ ਫੈਲ ਗਈ। ਉੱਥੋਂ ਹੀ ਇਸ ਸਾਰੇ ਜੋ ਘੱਲੂਘਾਰਾ ਤੀਜਾ ਹੋਇਆ,
ਇਸ ਦੇ ਬੀਜ ਜਿਹੜੇ ਉਹ ਸ਼ੁਰੂ ਹੋਏ। ਹੁਣ ਇੱਕ ਪਾਸਾ ਇਹ ਰਾਜਨੀਤਿਕ ਸੰਘਰਸ਼ ਦਾ ਹੈ, ਦੂਸਰਾ ਪਾਸਾ ਜਿਹੜੀ ਸਿੱਖਾਂ ਦੀ ਤਰੱਕੀ ਕੀਤੀ ਸਿੱਖਾਂ ਨੇ ਉਸ ਦਾ। ਜੇ ਦੋਵੇਂ ਚੀਜ਼ਾਂ ਰਲਾ ਕੇ ਦੇਖੋਗੇ ਫਿਰ ਛੇਤੀ ਸਮਝ ਆ ਜਾਂਦੀ। 47 ਦੇ ਵਿੱਚ ਸਿੱਖ ਆਪਣੇ ਬਹੁਤ ਸਾਰੇ ਗੁਰਦੁਆਰੇ, ਆਪਣੀਆਂ ਜ਼ਮੀਨ ਜਾਇਦਾਦਾਂ ਸਾਰਾ ਕੁਛ ਗੁਆ ਕੇ ਆਏ, ਰੁਲ ਗਏ ਆ ਕੇ ਇੱਕ ਵਕਤ ਹੈ ਇੱਥੇ। ਇੱਥੇ ਦੀਆਂ ਸਰਕਾਰਾਂ ਨੇ ਉਸ ਤਰ੍ਹਾਂ ਸਿੱਖਾਂ ਨੂੰ ਨਾ ਬਿਜ਼ਨਸ ਦੇ ਵਿੱਚ, ਨਾ ਜ਼ਮੀਨਾਂ ਦੇ ਤੌਰ 'ਤੇ ਕੁਛ ਵੀ ਭਰਪਾਈ ਉਸ ਤਰ੍ਹਾਂ ਨਹੀਂ ਕੀਤੀ। ਪਰ ਸਿੱਖਾਂ ਨੇ ਥੋੜ੍ਹੇ ਸਾਲਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਸਿੱਖ ਦੁਆਰਾ ਚੜ੍ਹਦੀ ਕਲਾ 'ਚ ਹੋਏ ਅਤੇ ਪਹਿਲਾਂ ਤੋਂ ਵੀ ਵੱਧ ਚੜ੍ਹਦੀ ਕਲਾ 'ਚ ਹੋ ਗਏ। ਅਤੇ ਸਿੱਖਾਂ ਦੀ ਮਿਹਨਤ ਦਾ ਨਤੀਜਾ ਇਹ ਹੋਇਆ, ਜਿਸ ਤਰ੍ਹਾਂ ਢਾਡੀ ਸਿੰਘ ਕਹਿੰਦੇ ਸੀਗੇ ਕਿ ਜਦ ਸਿੱਖ ਪਰਖਾਂ 'ਚ ਪੈਂਦੇ ਨੇ ਉਦੋਂ ਵੱਧ ਚਮਕਦੇ ਨੇ, ਉਹਨਾਂ ਦਾ ਅਸਲੀ ਚਿਹਰਾ ਉਦੋਂ ਵੱਧ ਨਿਖਰਦਾ ਜਦ ਉਹ ਪਰਖਾਂ 'ਚ ਹੁੰਦੇ ਨੇ। ਜਦੋਂ ਸਿੱਖ ਇਸ ਸਥਿਤੀ ਤੋਂ ਨਿਕਲੇ ਤਾਂ 75 ਤੱਕ ਜਾਂਦਿਆਂ ਜਿੱਥੇ ਮੈਂ ਗੱਲ ਛੱਡੀ ਸੀਗੀ ਐਮਰਜੈਂਸੀ ਦੀ, ਉੱਥੇ ਤੱਕ ਜਾਂਦਿਆਂ ਹਿੰਦੁਸਤਾਨ ਸਰਕਾਰ ਦੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਿੱਖਾਂ 'ਤੇ ਨਿਰਭਰਤਾ ਬਣ ਗਈ ਸੀਗੀ। ਮਸਲਨ ਇਹ ਇੰਡੀਆ ਨੇ ਪਾਕਿਸਤਾਨ ਤੋਂ, ਚਾਈਨਾ ਤੋਂ ਜਾਂ ਹੋਰ ਵੀ ਕਿਸੇ ਮੁਲਕ ਤੋਂ ਆਪਣੀ ਜੇ ਸੁਰੱਖਿਆ ਕਰਾਉਣੀ ਹੈ ਬਾਹਰੀ ਸਰਹੱਦਾਂ ਦੀ, ਉਹ ਸਿੱਖਾਂ ਤੋਂ ਬਿਨਾਂ ਸੰਭਵ ਹੀ ਨਹੀਂ ਸੀਗੀ। ਜੇ ਇੰਡੀਆ ਨੇ ਆਪਣੇ ਕਰੋੜਾਂ ਲੋਕਾਂ ਨੂੰ ਅੰਨ ਪਹੁੰਚਦਾ ਕਰਨਾ, ਉਹਨਾਂ ਦੇ ਪੇਟ ਭਰਨੇ ਨੇ, ਉਹ ਪੰਜਾਬ ਜਾਂ ਪੰਜਾਬ ਤੋਂ ਬਾਹਰ ਜਿਹੜੇ ਸਿੱਖਾਂ ਦੇ ਇਲਾਕੇ ਨੇ ਖੇਤੀ ਵਾਲੇ, ਉੱਥੋਂ ਹੀ ਭਰੀ ਜਾ ਸਕਦੀ ਸੀਗੀ। ਮਤਲਬ ਹਰਿਆਣੇ ਦੇ ਵਿੱਚ ਉਹਨਾਂ ਹੀ ਇਲਾਕਿਆਂ ਦੇ ਵਿੱਚ ਕਣਕ ਝੋਨਾ ਸਰਪਲਸ ਸੀਗਾ ਜਿੱਥੇ ਸਿੱਖ ਖੇਤੀ ਕਰਦੇ ਨੇ। ਇੱਦਾਂ ਯੂਪੀ 'ਚ, ਯੂਪੀ 'ਚ ਅਲਾਟਮੈਂਟਾਂ ਤਾਂ ਬੰਗਾਲੀਆਂ ਨੂੰ ਵੀ ਬਹੁਤ ਹੋਈਆਂ ਸੀਗੀਆਂ ਜਿਹੜੇ ਬੰਗਲਾਦੇਸ਼ ਤੋਂ ਆਏ ਸੀਗੇ, ਬਟ ਉਹਨਾਂ ਤੋਂ ਉਸ ਤਰ੍ਹਾਂ ਖੇਤੀ ਨਹੀਂ ਹੋਈ ਕਦੇ, ਨਾ ਅੱਜ ਤੱਕ ਹੋਈ। ਅੱਜ ਵੀ ਉੱਥੇ ਬੰਗਾਲੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਬਟ ਜ਼ਮੀਨਾਂ ਦੇ ਵਿੱਚੋਂ ਉਪਜ ਕਰਨ ਦੀ ਜਿਹੜੀ ਕਰਾਮਾਤ ਅਜ਼ਮਤ ਸਿੱਖਾਂ ਕੋਲ ਸੀਗੀ, ਉਹ ਇੱਥੇ ਇਸ ਖਿੱਤੇ 'ਚ ਕਿਸੇ ਹੋਰ ਕੋਲ ਨਾ ਸੀ। ਅਤੇ ਉਸ ਕਰਕੇ ਅਨਾਜ ਦੇ ਕਰਕੇ ਵੀ ਸਿੱਖਾਂ 'ਤੇ ਨਿਰਭਰਤਾ ਹੋ ਗਈ। ਉਸ ਤੋਂ ਬਾਅਦ ਇੰਡੀਆ ਨੇ ਤਰੱਕੀ ਸ਼ੁਰੂ ਕੀਤੀ, ਵਪਾਰ ਸ਼ੁਰੂ ਹੋਏ, ਇੰਡੀਆ ਦੇ ਵਿੱਚ ਉਦਯੋਗ ਲੱਗ ਗਏ। ਪਰ ਉਹ ਉਦਯੋਗਾਂ ਦਾ ਕੱਚਾ ਮਾਲ ਲੈ ਕੇ ਜਾਣਾ ਅਤੇ ਉੱਥੋਂ ਪੱਕਾ ਮਾਲ ਲੈ ਕੇ ਆਉਣਾ, ਜਾਂ ਜੋ ਵੀ ਇਹ ਅਨਾਜ ਜਾਂ ਹੋਰ ਵੀ ਸਾਰੀਆਂ ਜ਼ਰੂਰੀ ਚੀਜ਼ਾਂ ਇੰਡੀਆ ਦੇ ਵਿੱਚ ਵੰਡਣੀਆਂ ਨੇ, ਉਹਦੇ ਲਈ ਟਰਾਂਸਪੋਰਟੇਸ਼ਨ ਚਾਹੀਦੀ ਹੈ। ਅਤੇ ਟਰਾਂਸਪੋਰਟੇਸ਼ਨ ਦੇ ਵਿੱਚ ਪੰਜਾਬ ਤੋਂ ਲੈ ਕੇ ਤਾਮਿਲਨਾਡੂ ਤੱਕ, ਤਾਮਿਲਨਾਡੂ ਤੋਂ ਲੈ ਕੇ ਨਾਗਾਲੈਂਡ ਤੱਕ, ਉੱਧਰੋਂ ਗੁਜਰਾਤ ਤੱਕ, ਬੰਬੇ, ਹੈਦਰਾਬਾਦ, ਜਿੱਥੇ ਤੱਕ ਮਰਜ਼ੀ ਚਲੇ ਜਾਓ, ਟੋਟਲ ਮੋਨੋਪੋਲੀ ਸਿੱਖਾਂ ਦੀ ਰਹੀ। ਸਿੱਖਾਂ ਦੀ ਟਰਾਂਸਪੋਰਟੇਸ਼ਨ 'ਚ ਇਸ ਮੋਨੋਪੋਲੀ ਕਰਕੇ ਇੰਡੀਆ ਦਾ ਜੋ ਵਪਾਰ ਹੈ ਜਾਂ ਉਦਯੋਗ ਹੈ, ਉਹ ਵੀ 6-6 ਪੰਜੇ 'ਚ ਪੈ ਸਕਦਾ ਸੀਗਾ ਜੇ ਸਿੱਖ ਇੱਕ ਦਿਨ ਦੀ ਵੀ ਸਟ੍ਰਾਈਕ ਕਰਦੇ ਹਨ। ਤਾਂ ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਜਿਹੜੇ ਰਾਮਗੜੀਏ ਸਿੱਖ ਸੀਗੇ, ਜਿੰਨੀ ਇੰਡੀਆ ਦੀ ਪਹਿਲੀ ਤਰੱਕੀ ਹੋਈ ਆ, ਰੇਲ ਲਾਈਨਾਂ ਬਣੀਆਂ ਜਾਂ ਨਵੇਂ ਸ਼ਹਿਰ ਜਿੰਨੇ ਵੀ ਇੰਡੀਆ ਨੇ ਵਸਾਏ ਸਾਰੇ, ਉਹ ਸਾਰੇ ਸਿੱਖਾਂ ਨੇ ਹੀ ਬਣਾ ਕੇ ਦਿੱਤੇ। ਇੰਡੀਆ ਚਲਾਉਣਾ ਕਿੱਦਾਂ, ਆ ਹੁਣ ਇੱਥੇ ਨਹਿਰ ਬੇਸ਼ੱਕ ਪੰਜਾਬ ਦਾ ਹੀ ਪਾਣੀ ਲੈ ਕੇ ਗਏ, ਜਿਹੜੀ ਰਾਜਸਥਾਨ ਕੈਨਾਲ ਹੈ ਉਹਦੇ ਵਿੱਚ ਥੱਲੇ ਪਟਵਾਰੀ ਤੋਂ ਲੈ ਕੇ ਉੱਪਰ ਤੱਕ ਸਾਰੇ ਅਫਸਰ ਸਿੱਖਾਂ 'ਚੋਂ ਹੀ ਭਰਤੀ ਕਰਨੇ ਪਏ। ਉਹਨਾਂ ਨੂੰ ਅੰਦਾਜ਼ਾ ਹੀ ਨਾ ਸਹਿ ਵੀ ਇਹ ਸਾਰਾ ਕਾਰਜ ਐਡੇ ਵੱਡੇ ਕਿੱਦਾਂ ਹੋਣੇ। ਭਾਵ ਕਿ ਇੰਡੀਆ ਜਿੱਥੇ ਵੀ ਅੱਜ ਤਰੱਕੀ ਦੇ ਜਿਸ ਵੀ ਮਰਹਲੇ 'ਤੇ ਖੜ੍ਹਾ, ਉਹਦੇ ਥੱਲੇ ਸਿੱਖਾਂ ਦੀ ਸਾਰੀ ਮਿਹਨਤ ਉੱਦਮ ਦਾ ਨਤੀਜਾ। ਤੋ ਇੱਕ ਪਾਸੇ ਸਿੱਖਾਂ ਦੇ ਉੱਤੇ ਇੰਡੀਆ ਦੀ ਸਰਕਾਰ ਦੀ ਇੰਨੀ ਨਿਰਭਰਤਾ ਬਣ ਗਈ, ਦੂਜੇ ਪਾਸੇ ਸਿੱਖ ਲਗਾਤਾਰ ਐਜੀਟੇਸ਼ਨ ਕਰ ਰਹੇ। ਅਤੇ ਐਜੀਟੇਸ਼ਨ ਕਰਦੇ ਕਰਦੇ ਉਹ ਇਕੱਲੇ ਪੰਜਾਬ ਦੇ ਸਿੱਖਾਂ ਦੀ ਬਜਾਏ ਇੰਡੀਆ ਦੇ ਸਾਰੇ ਦਬਲੇ ਕੁਚਲੇ ਲੋਕਾਂ ਦੇ ਨੁਮਾਇੰਦੇ ਦੇ ਤੌਰ 'ਤੇ ਉਹਨਾਂ ਦੀ ਇੱਕ ਪੜਤ ਬਣਨ ਲੱਗ ਗਈ। ਉਸ ਤੋਂ ਸਰਕਾਰ ਡਰ ਗਈ 75 ਤੋਂ ਬਾਅਦ।
ਫਿਰ ਉਹਨਾਂ ਨੂੰ ਇਹ ਗੱਲ ਸਮਝ ਆਈ ਕਿ ਅਗਰ ਸਿੱਖਾਂ ਦਾ ਜੋ ਗੁਰਮਤਿ ਦਾ ਫਲਸਫਾ ਹੈ ਅਤੇ ਜਿਸ ਤਰ੍ਹਾਂ ਦੇ ਸਿੱਖ ਉੱਦਮੀ ਨੇ, ਹੌਸਲੇ ਵਾਲੇ ਨੇ, ਇਹਦੇ ਅਧੀਨ ਚੱਲਦਿਆਂ ਇੱਕ ਬਹੁਤ ਛੋਟੀ ਗਿਣਤੀ ਤੋਂ ਬਿਨਾਂ ਬਾਕੀ ਸਾਰੇ ਹਿੱਸੇ ਨੇ ਸਿੱਖਾਂ ਨੂੰ ਹੀ ਆਗੂ ਮੰਨ ਲੈਣਾ। ਫਿਰ ਉਹਨਾਂ ਨੇ ਤੈਅ ਕੀਤਾ ਕਿ ਸਿੱਖਾਂ ਨੂੰ ਕਿਸੇ ਇੱਕ ਐਸੇ ਵੱਡੇ ਜੰਗ ਦੇ ਵਿੱਚ ਆਪਾਂ ਨੂੰ ਝੋਕਣਾ ਪੈਣਾ ਜਿਹਦੇ ਜ਼ਖਮ ਇੰਨੇ ਡੂੰਘੇ ਹੋਣ ਕਿ ਇਹ ਮਾਨਸਿਕ ਤੌਰ 'ਤੇ ਹਾਰਨ। ਸੋ ਇਸ ਕਰਕੇ ਜਿਹੜੀ ਕਨਫਲਿਕਟ ਹੈ ਉਹ ਇੰਦਰਾ ਗਾਂਧੀ ਦੇ ਆਉਣ ਨਾਲ ਨਹੀਂ ਸ਼ੁਰੂ ਹੋਈ, ਉਹ ਤਾਂ ਉਸ ਤੋਂ ਪਹਿਲੀ 77-78 ਸ਼ੁਰੂ ਹੋ ਗਈ, 76 ਸ਼ੁਰੂ ਹੋ ਗਈ, ਸਾਰੀਆਂ ਜਿੰਨੀਆਂ ਵਿਉਂਤਬੰਦੀਆਂ ਸ਼ੁਰੂ ਹੋਈਆਂ। ਇੰਦਰਾ ਗਾਂਧੀ ਦੇ ਵੇਲੇ ਤਾਂ ਉਹਦੀ ਸਿਖਰ ਹੋਈ, ਤੋ ਉਸ ਦੇ ਵਿੱਚ ਉਸ ਵਕਤ ਦੀਆਂ ਬਾਹਰੀ ਤਾਕਤਾਂ ਦੇ ਵੀ ਹੱਥ ਸੀਗੇ। ਸੋ ਉਸ ਕਰਕੇ ਸਿੱਖਾਂ ਨੂੰ ਇਸ ਸਾਰੇ ਵੱਡੇ ਕਨਫਲਿਕਟ ਤੱਕ ਹੌਲੀ 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 ਕਰਕੇ ਲਗਾਤਾਰ ਉਹਨਾਂ ਨੂੰ ਐਜੀਟੇਸ਼ਨਾਂ 'ਚ ਪਾ ਕੇ ਅਤੇ ਦੇਣਾ ਕੁਛ ਨਹੀਂ, ਲਗਾਤਾਰ ਕੋਈ ਨਾ ਕੋਈ ਮਸਲਾ ਖੜ੍ਹਾ ਰੱਖ ਕੇ ਉਹਨਾਂ ਨੂੰ ਲਗਾਤਾਰ ਐਜੀਟੇਸ਼ਨ, ਉਹਨਾਂ ਦਾ ਖੂਨ ਉੱਬਲਦਾ ਹੀ ਰੱਖਣਾ, ਅਤੇ ਉੱਬਲਦਾ ਰੱਖ ਕੇ ਉਹਨਾਂ ਨੂੰ ਵੱਡੇ ਕਨਫਲਿਕਟ ਦੇ ਵਾਲੇ ਪਾਸੇ ਨੂੰ ਲੈ ਕੇ ਗਏ, ਜਿੱਥੇ ਜਾ ਕੇ ਉਹਨਾਂ ਦੀਆਂ ਕੈਲਕੂਲੇਸ਼ਨਾਂ ਗਲਤ ਹੋਈਆਂ। ਉਹ ਇੱਥੇ ਹੋਈਆਂ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਸਾਰੇ ਸਿੱਖਾਂ ਦੀ ਮਾਨਸਿਕਤਾ ਇੱਕ ਜਗ੍ਹਾ ਇਕੱਠੀ ਕਰ ਲਈ, ਸੰਤ ਜਰਨੈਲ ਸਿੰਘ ਜੀ ਜਾਂ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਵਿੱਚ, ਅਤੇ ਜਦੋਂ ਅਸੀਂ ਦਰਬਾਰ ਸਾਹਿਬ 'ਤੇ ਜਾਂ ਸਾਰੇ ਪੰਜਾਬ 'ਤੇ ਬਹੁਤ ਵੱਡਾ ਫੌਜੀ ਹਮਲਾ ਕਰਾਂਗੇ ਲਾਮ ਲਸ਼ਕਰਾਂ ਦੇ ਨਾਲ, ਇਹਨਾਂ ਨੇ ਆਪਣੇ ਹੱਥ ਖੜ੍ਹੇ ਕਰ ਦੇਣੇ ਨੇ, ਅਤੇ ਇਹਨਾਂ ਦੀ ਹੱਥ ਖੜ੍ਹੇ ਕਰਨ ਦੀ ਜਿਹੜੀ ਅਸੀਂ ਸਾਰੀ ਵੀਡੀਓ ਬਣਾ ਕੇ ਉਹ ਦੁਨੀਆ ਭਰ 'ਚ ਦਿਖਾਵਾਂਗੇ ਅਤੇ ਸਿੱਖ ਨਮੋਸ਼ੀ ਨਾਲ ਹੀ ਮਰ ਜਾਣਗੇ। ਇਸੇ ਕਰਕੇ ਉਹਨਾਂ ਨੇ ਵੀਡੀਓ ਬਣਾਈ ਵੀ, ਦੂਰਦਰਸ਼ਨ ਕੋਲ ਪਹਿਲੇ 8 ਘੰਟੇ ਦੀ ਹਮਲੇ ਦੀ ਵੀਡੀਓ ਹੈ, ਜਗਦੀਸ਼ ਚੰਦਰ ਸ਼ਾਇਦ ਸੀਗਾ ਉਸ ਕੈਮਰਾਮੈਨ ਦਾ ਨਾਮ, ਦੂਰਦਰਸ਼ਨ ਦਾ ਜਿਹੜਾ ਮੁੱਖ ਕੈਮਰਾਮੈਨ ਸੀਗਾ, ਉਹਦੀ ਇੰਟਰਵਿਊ ਆਈ ਬਾਅਦ 'ਚ। ਪਰ ਉੱਥੇ ਕੌਤਕ ਹੋਰ ਤਰ੍ਹਾਂ ਵਾਪਰਿਆ, ਉੱਥੇ ਗੱਲਾਂ ਕਰਨ ਵਾਲੇ ਨਹੀਂ ਸੀਗੇ ਸਾਡੇ ਵਰਗੇ, ਇਕੱਲੇ ਪਹਿਰਾਵੇ ਵਾਲੇ ਸੰਤ ਨਹੀਂ ਸੀਗੇ, ਉਹ ਨਾਮ ਬਾਣੀ ਦੇ ਰੱਤੇ ਜੀਵਨ ਮੁਕਤ ਅਵਸਥਾ ਵਾਲੀਆਂ ਰੂਹਾਂ ਸੀਗੀਆਂ। ਅਤੇ ਉੱਥੇ ਜਾ ਕੇ ਫਿਰ ਉਹਨਾਂ ਦੀ ਸਾਰੀ ਜਿੰਨੀ ਵੀ 5-7 ਸਾਲ ਦੀ ਬਣੀ ਬਣਾਈ ਖੇਡ ਸੀਗੀ ਉਹ ਪੁੱਠੀ ਪੈ ਗਈ ਕੁਛ ਪਲਾਂ 'ਚ ਹੀ, ਕੁਛ ਘੰਟਿਆਂ 'ਚ ਹੀ। ਅਤੇ ਜਦੋਂ ਸੰਤ ਜਰਨੈਲ ਸਿੰਘ ਜੀ ਹੁਣਾਂ ਨੇ ਜਿਸ ਪ੍ਰਕਾਰ ਦੇ ਨਾਲ ਉਹ ਮੁਕਾਬਲਾ ਕੀਤਾ, ਅਤੇ ਉਸ ਮੁਕਾਬਲੇ ਦੇ ਵਿੱਚ ਜੋ ਇੰਡੀਆ ਦੀਆਂ ਫੌਜਾਂ ਦਾ ਹਸ਼ਰ ਹੋਇਆ, ਅਤੇ ਉਸ ਦਾ ਨਤੀਜਾ ਉਸ ਤੋਂ ਉਲਟਾ ਹੋ ਗਿਆ। ਉਹ ਚਾਹੁੰਦੇ ਤਾਂ ਇਸ ਸਾਰੀ ਪ੍ਰਪੰਚ ਨੂੰ, ਉਹਨੂੰ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਜ਼ਖਮ ਦੇ ਕੇ ਗੁਲਾਮ ਬਣਾਉਣ ਲਈ ਕੀਤਾ ਸੀਗਾ, ਹੋ ਗਿਆ ਉਲਟਾ ਸਰ। ਅਤੇ ਜਿਸ ਤਰ੍ਹਾਂ ਉਹਨਾਂ ਨੇ ਯੁੱਧ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਤੋਂ ਪ੍ਰੇਰਣਾ ਲੈ ਕੇ ਉਸ ਵਕਤ ਹੀ 10 ਸਾਲ ਲੰਬੀ ਇੱਕ ਬਹੁਤ ਵੱਡੀ ਪੱਧਰ 'ਤੇ ਇੱਕ ਗੁਰੀਲਾ ਵਾਰ, ਖਾੜਕੂ ਲਹਿਰ ਸਿੱਖਾਂ ਨੇ ਲੜੀ, ਅਤੇ ਦੁਨੀਆ ਭਰ ਦੇ ਵਿੱਚ ਇਹ ਸਿੱਧ ਕੀਤਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਜਿੱਥੇ ਆਟੋਮੈਟਿਕ ਹਥਿਆਰ ਨੇ, ਇੰਨੀ ਜ਼ਿਆਦਾ ਤਕਨੀਕ ਹੋ ਗਈ, ਉੱਥੇ ਪਲੇਨ ਇਲਾਕੇ 'ਚ ਬਿਨਾਂ ਪਹਾੜ ਬਿਨਾਂ ਜੰਗਲ ਤੋਂ ਵੀ ਗੁਰੀਲਾ ਵਾਰ ਸਫਲਤਾ ਨਾਲ ਲੜੀ ਜਾ ਸਕਦੀ ਨਹੀਂ। ਦੁਨੀਆ ਭਰ ਦੇ ਵਿੱਚ ਪਿਛਲੀ ਸਦੀ ਦਾ ਇਹ ਪੱਕਾ ਸਿਧਾਂਤ ਹੈ ਕਿ ਜੇ ਤੁਸੀਂ ਗੁਰੀਲਾ ਵਾਰ ਲੜਨੀ ਆ ਤਾਂ ਉੱਥੇ ਲੜੀ ਜਾ ਸਕਦੀ ਜਿੱਥੇ ਜਾਂ ਪਹਾੜ ਹੋਣ ਜਾਂ ਜੰਗਲ ਹੋਣ। ਇੰਡੀਆ 'ਚ ਤੁਸੀਂ ਦੇਖ ਲਓ, ਜਾਂ ਤਾਂ ਜੰਗਲਾਂ ਵਾਲੇ ਇਲਾਕਿਆਂ ਦੇ ਵਿੱਚ ਨੈਕਸਲਾਈਟ ਲੜਦੇ ਨੇ, ਜਾਂ ਪਹਾੜਾਂ 'ਚ ਕਸ਼ਮੀਰੀ ਲੜਦੇ ਨੇ, ਉਦੋਂ ਬਿਨਾਂ ਕਿਤੇ ਪਲੇਨ 'ਚ ਨਹੀਂ ਲੜਿਆ ਗਿਆ ਕਿਸੇ ਤੋਂ, ਦੁਨੀਆ 'ਚ ਕਿਤੇ ਨਹੀਂ ਲੜਿਆ ਗਿਆ। ਪਰ ਸਿੱਖਾਂ ਨੇ ਉਹ ਥਿਊਰੀ ਵੀ ਉਲਟ ਕਰਕੇ ਦੱਸ ਦਿੱਤੀ, ਉਹ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ। ਸੋ ਇਹ ਇੱਕ ਬੁਨਿਆਦੀ ਨੁਕਤਾ ਹੈ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕੀਤਾ। ਸਮਾਂ ਤਾਂ ਮੇਰਾ ਵੈਸੇ ਉੱਪਰ ਹੋ ਗਿਆ, 2-4 ਮਿੰਟ ਦੇ ਵਿੱਚ ਮੈਂ ਭਵਿੱਖ ਦੀ ਗੱਲ ਕਰਕੇ ਆਪ ਜੀ ਤੋਂ
ਖਿਮਾ ਲੈਣੀ, ਉਹ ਇਹ ਕਿ ਜਿਸ ਗੱਲ ਕਰਕੇ ਜਿਸ ਨੁਕਤੇ ਕਰਕੇ ਉਦੋਂ ਹਮਲਾ ਹੋਇਆ ਸੀਗਾ ਕਿ ਸਿੱਖ ਆਪਣੇ ਆਪ 'ਚ ਇੰਨੇ ਸਮਰੱਥ ਹੋ ਗਏ ਸੀਗੇ ਅਤੇ ਦੁਨੀਆ ਦੇ ਇਸ ਖਿੱਤੇ ਦੇ ਬਹੁਤ ਸਾਰੇ ਲੋਕ ਸਿੱਖਾਂ ਦੇ ਵਿੱਚ ਆਪਣੇ ਆਗੂ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਖਣ ਲੱਗ ਗਏ ਸੀਗੇ, ਉਹ ਸਥਿਤੀ ਦੁਬਾਰਾ ਬਣ ਗਈ। ਪਿਛਲੇ 8-10 ਸਾਲ ਤੋਂ ਸਰਕਾਰ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਰਿਹਾ ਕਿ ਸਿੱਖਾਂ ਨੂੰ ਕਿਸ ਪ੍ਰਕਾਰ ਸਿੱਖਾਂ ਦੀਆਂ ਸੰਸਥਾਵਾਂ ਦੀ ਸਾਖ ਖਤਮ ਕੀਤੀ ਜਾਏ, ਸਿੱਖਾਂ ਦੀਆਂ ਜਥੇਬੰਦੀਆਂ 'ਚ ਕਿਸ ਤਰ੍ਹਾਂ ਫੁੱਟ ਪਾਈ ਜਾਏ, ਗੁਰੂ ਦੀ ਕਿਸ ਤਰ੍ਹਾਂ ਬੇਅਦਬੀ ਕੀਤੀ ਜਾਏ, ਉਹ ਇਸ ਪਾਸੇ ਲੱਗੇ ਰਹੇ। ਪਰ ਦੂਸਰੇ ਪਾਸੇ ਮਹਾਰਾਜ ਦੀ ਬਖਸ਼ਿਸ਼ ਦੇ ਨਾਲ, ਮਹਾਰਾਜ ਦੇ ਬਖਸ਼ੀ ਹੋਈ ਸੋਝੀ ਅਤੇ ਉੱਦਮ ਦੇ ਸਦਕਾ ਸਿੱਖਾਂ ਦੀ ਜੋ ਅਜ਼ਮਤ ਹੈ ਉਹ ਦੁਨੀਆ ਦੇ ਵਿੱਚ ਇਸ ਤਰ੍ਹਾਂ ਬਣੀ ਕਿ ਸਿੱਖ ਹੀ ਦੁਨੀਆ ਦੇ ਵਿੱਚ ਇੱਕ ਐਸੇ ਲੋਕ ਨੇ ਜਿਹੜੇ ਸੈਲਫਲੈਸ ਸੇਵਾ ਕਰ ਸਕਦੇ, ਸਿੱਖ ਹੀ ਇੱਕ ਐਸੇ ਲੋਕ ਨੇ ਜਿਹੜੇ ਕਿਸੇ ਨਿਤਾਣੇ ਦੇ ਲਈ ਬੇਗਰਜ ਹੋ ਕੇ ਕਿਸੇ ਦੀ ਲੜਾਈ ਲੜ ਸਕਦੇ। ਕਿਸਾਨੀ ਐਜੀਟੇਸ਼ਨ ਵੇਲੇ ਕਿੰਨੇ ਮਰਹਲੇ ਆਏ, ਸਰਕਾਰ ਨੇ ਸਿੱਧੀ ਗੱਲ ਕੀਤੀ ਕਿ ਪੰਜਾਬ ਨੂੰ ਅਸੀਂ ਗਰੰਟੀ ਦੇ ਦਿੰਦੇ ਹਾਂ ਜਾਂ ਸਿੱਖ ਇਲਾਕਿਆਂ ਨੂੰ ਗਰੰਟੀ ਦੇ ਦਿੰਦੇ ਹਾਂ, ਤੁਸੀਂ ਬਾਕੀਆਂ ਦੀ ਲੜਾਈ ਛੱਡ ਦਿਓ, ਬਾਕੀ ਚਾਹੇ ਕੋਈ ਰਲਿਆ ਚਾਹੇ ਨਹੀਂ ਲੜਿਆ ਲੜਾਈ ਲਈ, ਬਟ ਸਿੱਖ ਸਾਰਿਆਂ ਲਈ ਲੜੇ। ਅਤੇ ਇਸ ਗੱਲ ਦਾ ਮੈਸੇਜ ਪੂਰੀ ਦੁਨੀਆ 'ਚ ਗਿਆ ਅਤੇ ਪੂਰੀ ਦੁਨੀਆ 'ਚ ਸਪੋਰਟ ਆਈ, ਅਤੇ ਉਹ ਇੱਕ ਸਮਰੱਥਾ ਜਿਹਦੇ ਕਰਕੇ ਉਦੋਂ ਹਮਲਾ ਹੋਇਆ ਸੀਗਾ, ਉਹ ਸਮਰੱਥਾ ਦੁਆਰਾ ਸਿੱਖਾਂ ਦੀ ਉਜਾਗਰ ਹੋ ਗਈ। ਅਤੇ ਹੁਣ ਜੋ ਭਵਿੱਖ ਹੈ ਉਹ ਉਦੋਂ ਹੀ ਵਾਂਗੂ ਗੁੰਝਲਦਾਰ ਹੋਏਗਾ, ਸੌਖਾ ਨਹੀਂ ਹੋਏਗਾ। ਸਰਕਾਰ ਆਪਣੀ ਪੈਂਤੜੇ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸਿੱਖਾਂ ਦੀਆਂ ਸੰਸਥਾਵਾਂ ਦੀਆਂ ਸਾਖਾਂ ਛਾਖ ਤੋੜਨ ਲਈ, ਆਪਸੀ ਧੜੇਬੰਦੀ ਵਧਾਉਣ ਦੇ ਲਈ, ਫੋਕੇ ਆਗੂ ਖੜ੍ਹੇ ਕਰਨ ਦੇ ਲਈ, ਫੋਕੇ ਮਸਲੇ ਖੜ੍ਹੇ ਕਰਨ ਦੀ ਜਿਹੜੇ ਕਵਾਇਦ ਹੈ ਉਹ ਕਰੇਗੀ। ਪਰ ਜੋ ਸਿੱਖਾਂ ਦੀ ਸਮਰੱਥਾ ਹੈ ਉਹ ਇਹ ਆ, ਉਸ ਵਕਤ ਨਾਲੋਂ ਹੀ ਕੁਛ ਚੀਜ਼ਾਂ ਸਿੱਖ ਅੱਜ ਸਮਰੱਥ ਨੇ। ਇੱਕ ਤਾਂ ਅੱਜ ਸਿੱਖ ਸਾਰੀ ਦੁਨੀਆ 'ਚ ਫੈਲੇ ਹੋਏ ਨੇ, ਉਦੋਂ ਵਾਂਗੂ ਸਿੱਖਾਂ ਦੇ ਉੱਤੇ ਦਮਨ ਚੱਕਰ ਚਲਾਉਣਾ ਹੁਣ ਇੰਨਾ ਸੌਖਾ ਨਹੀਂ ਹੈ। ਦੂਸਰਾ, ਸਿੱਖ ਪਦਾਰਥ ਕਰਕੇ ਪਹਿਲਾਂ ਨਾਲੋਂ ਬਹੁਤ ਸਮਰੱਥ ਨੇ। ਤੀਜਾ, ਸਿੱਖ ਪੋਲੀਟੀਕਲੀ ਪੰਜਾਬ ਤੋਂ ਬਾਹਰ ਦੁਨੀਆ ਭਰ ਦੇ ਵਿੱਚ ਪਹਿਲਾਂ ਤੋਂ ਵੱਧ ਤਾਕਤਵਰ ਪੋਜੀਸ਼ਨਾਂ ਦੇ ਉੱਤੇ ਹਨ। ਅਤੇ ਚੌਥਾ, ਜਿਸ ਗੱਲ ਤੋਂ ਇੰਦਰਾ ਗਾਂਧੀ ਉਦੋਂ ਵੀ ਬਹੁਤ ਡਰਦੀ ਸੀਗੀ, BD ਪਾਂਡੇ ਪੰਜਾਬ ਦਾ ਉਦੋਂ ਗਵਰਨਰ ਸੀਗਾ ਜਿਸ ਵੇਲੇ ਹਮਲਾ ਹੋਇਆ, ਉਹਦੀ ਕਿਤਾਬ ਦੇ ਵਿੱਚ ਉਹਨੇ ਸਪੱਸ਼ਟ ਲਿਖਿਆ ਹੋਇਆ, ਉਹ ਕਹਿੰਦਾ ਵੀ ਇੰਦਰਾ ਗਾਂਧੀ ਦਾ ਜਿਹੜਾ ਸਭ ਤੋਂ ਮੁੱਖ ਕੰਸਰਨ ਸੀਗਾ ਇਸ ਮਸਲੇ 'ਚ ਉਹ ਇਹ ਸੀਗਾ, ਉਹਨੂੰ ਲੱਗ ਰਿਹਾ ਸੀਗਾ ਕਿ ਅਮੈਰੀਕਾ CIA ਸਿੱਖਾਂ ਦੀ ਸਾਰੀ ਇਸ ਲੜਾਈ ਇਸ ਸਟਰਗਲ ਦੇ ਪਿੱਛੇ ਖੜ੍ਹਾ, ਉਹ ਪਾਕਿਸਤਾਨ ਦੇ ਰਾਹੀਂ ਸਿੱਖਾਂ ਦੀ ਇਸ ਸਟਰਗਲ ਨੂੰ ਲੜ ਰਿਹਾ। ਅਤੇ ਉਹ ਜੇ ਅਸੀਂ ਇੰਡੀਆ ਨੂੰ ਇਹ ਲੱਗਦਾ ਸੀਗਾ ਕਿ ਜੇ ਅਸੀਂ ਅਮਰੀਕਾ ਦੇ ਅਨੁਸਾਰ ਨਾ ਚੱਲੇ ਤਾਂ ਉਹ ਇੱਥੇ ਸਿੱਖਾਂ ਦੇ ਲਈ ਵੱਖਰਾ ਮੁਲਕ ਬਣਾਉਣ ਵਾਲੇ ਪਾਸੇ ਨੂੰ ਗੱਲ ਲੈ ਕੇ ਜਾਣਗੇ। ਅਤੇ ਉਹ ਹਾਲਾਤ ਉਦੋਂ ਤਾਂ ਵੈਸੇ ਹੀ ਸੀਗੀ, ਉਦੋਂ ਤਾਂ ਜਦੋਂ ਬਾਅਦ 'ਚ ਡਾਕੂਮੈਂਟ ਆਏ ਉਹ ਤਾਂ ਇੰਦਰਾ ਗਾਂਧੀ ਨੂੰ ਵੀ ਮੂਰਖ ਬਣਾਇਆ। ਰਸ਼ੀਆ ਨੇ ਉਹਨਾਂ ਦੇ ਇੱਕ ਜਸੂਸ ਨੇ ਇੱਕ ਚਿੱਠੀ ਜਾਰੀ ਕੀਤੀ ਸੀਗੀ ਮਿਤਰੋਖਿਨ ਨੇ, ਉਹਨਾਂ ਨੇ ਇੱਕ ਫੌਰਜ ਡਾਕੂਮੈਂਟ ਦੇ ਰਾਹੀਂ ਇੰਦਰਾ ਗਾਂਧੀ ਦੇ ਮਨ 'ਚ ਗੱਲ ਬਿਠਾ ਦਿੱਤੀ ਕਿ ਅਮਰੀਕਾ ਇੱਦਾਂ ਕਰ ਰਿਹਾ, ਪਰ ਹੁਣ ਸੱਚੀ ਕਰ ਰਿਹਾ, ਹੁਣ ਤਾਂ ਇੰਡੀਆ ਵੀ ਮੰਨ ਰਿਹਾ। ਬਾਹਰ ਜਿਸ ਪ੍ਰਕਾਰ ਸਿੱਖਾਂ 'ਤੇ ਜਾਂ ਸਿੱਖਾਂ ਦੇ ਆਗੂਆਂ 'ਤੇ ਹਮਲੇ ਹੋ ਰਹੇ ਸਾਰੇ ਹੀ ਮੰਨ ਰਹੇ, ਇੰਟਰਨੈਸ਼ਨਲ ਸਾਰੀ ਇਸ ਭੇਡ ਦੇ ਵਿੱਚ ਜਿਹੜਾ ਅਗਲਾ ਸਮਾਂ ਹੈ ਉਹਦੇ ਵਿੱਚ ਸਿੱਖਾਂ ਦੀ ਜਿਹੜੀ ਮਾਨਤਾ, ਸਿੱਖਾਂ ਦੀ ਅਹਿਮੀਅਤ ਹੈ ਉਹ ਪਿਛਲੀ ਸਦੀ ਸਭ ਤੋਂ ਜ਼ਿਆਦਾ ਹੈ।
ਉਹ ਕੋਈ ਸਿੱਖਾਂ ਦੇ ਖਾਸ ਗੁਣਾਂ ਕਰਕੇ ਨਹੀਂ ਹੈ, ਜਿਸ ਖਿੱਤੇ 'ਚ ਅਸੀਂ ਬੈਠੇ ਹਾਂ, ਕਿਉਂਕਿ ਇਹ ਖਿੱਤਾ ਬਹੁਤ ਇੰਪੋਰਟੈਂਟ ਸੈਂਸਿਟਿਵ ਖਿੱਤਾ ਇਸ ਖਿੱਤੇ ਕਰਕੇ ਅਤੇ ਉਹ ਵਧਣੀ। ਸੋ ਆਖਰੀ ਬੇਨਤੀ ਮੈਂ ਜਿਹੜੀ ਕਰਨੀ ਉਹ ਹੈ ਕਿ ਅੱਜ ਮੈਂ ਅਖਬਾਰ 'ਚ ਇੱਕ ਅੰਗਰੇਜ਼ੀ ਦੀ ਅਖਬਾਰ 'ਚ ਲੇਖ ਪੜ੍ਹਦਾ ਸੀਗਾ, ਉਹ ਇੱਕ ਹਿੰਦੂ ਤਵੀ ਲੀਡਰ ਦਾ ਸੀਗਾ, ਵੱਡੇ ਹਿੰਦੂ ਤਵੀ ਲੀਡਰ ਦਾ ਲੇਖ ਸੀਗਾ ਲਿਖਿਆ ਹੋਇਆ। ਉਹ ਕਹਿੰਦਾ ਮੈਂ ਯੂਰਪ ਦੀ ਪਾਰਲੀਮੈਂਟ ਦੇ ਵਿੱਚ ਗਿਆ ਪਿਛਲੇ ਹਫ਼ਤੇ, ਯੂਰਪ ਦੀ ਪਾਰਲੀਮੈਂਟ ਦੇ ਵਿੱਚ ਕਹਿੰਦਾ ਜਿਹੜੇ ਉੱਥੋਂ ਦੇ ਪੋਲੀਟੀਕਲ ਥਿੰਕਰ ਸੀਗੇ ਅਤੇ ਕੁਛ ਪੋਲੀਟੀਸ਼ੀਅਨ ਸੀਗੇ, ਕਹਿੰਦਾ ਉਹ ਉਹਨਾਂ 'ਚ ਜੋ ਗੱਲਬਾਤ ਚੱਲ ਰਹੀ ਸੀਗੀ ਉਹ ਇਹ ਸੀਗੀ ਕਿ ਜਿਹੜੀ ਅਗਲੀ ਕੋਲਡ ਵਾਰ ਹੈ ਅਮੈਰੀਕਾ ਅਤੇ ਚਾਈਨਾ ਦੇ ਵਿੱਚ, ਉਹ ਕੋਲਡ ਵਾਰ ਤਾਂ ਸ਼ੁਰੂ ਹੋ ਹੀ ਚੁੱਕੀ ਆ, ਉਹ ਬਹੁਤ ਛੇਤੀ ਹੌਟ ਵਾਰ 'ਚ ਬਦਲ ਸਕਦੀ। ਸੋ ਉਹਦੇ ਕਰਕੇ ਉਹ ਕਹਿੰਦਾ ਕਿ ਯੂਰਪ ਦੇ ਵਿੱਚ ਜਿੰਨੇ ਵੀ ਅਮੀਰ ਲੋਕ ਨੇ ਉਹ ਯੂਰਪ ਤੋਂ ਬਾਹਰ ਜਾ ਕੇ ਜਿਹੜੇ ਖਿੱਤੇ ਸੇਫ ਨੇ ਉਹਨਾਂ ਮੁਤਾਬਕ, ਅਤੇ ਜਿਹੜੇ ਮੁਲਕਾਂ ਨੇ ਲੜਾਈ 'ਚ ਨਹੀਂ ਪੈਣਾ, ਦੋ ਤਿੰਨ ਮੁਲਕਾਂ ਦੇ ਵੀ ਨਾਂ ਲਿਖੇ ਉਹਨੇ, ਅਤੇ ਉਹਨਾਂ ਮੁਲਕਾਂ 'ਚ ਜਾ ਕੇ ਉਹ ਆਪਣੇ ਘਰ ਅਤੇ ਹੋਰ ਆਪਣਾ ਸਾਰਾ ਖਰੀਦਣ ਲੱਗ ਗਏ ਹੋਏ ਨੇ। ਸੋ ਮੇਰਾ ਇਹ ਦੱਸਣ ਦਾ ਇਹ ਮਤਲਬ ਹੈ ਕਿ ਇੰਡੀਆ ਦੇ ਜਿਹੜੇ ਲੋਕ ਰਾਜ ਕਰਦੇ ਨੇ ਉਹਨਾਂ 'ਚ ਇਹ ਗੱਲ ਡਿਸਕਸ ਹੋ ਰਹੀ ਹੈ, ਉਹ ਇਹ ਲਿਖ ਰਹੇ ਨੇ ਅੰਗਰੇਜ਼ੀ ਦੀਆਂ ਅਖਬਾਰਾਂ ਕਿ ਜਿਹੜੀ ਨੈਕਸਟ ਵਾਰ ਹੈ ਉਹ ਬਹੁਤ ਜਲਦੀ ਹੋ ਸਕਦੀ ਹੈ, ਅਤੇ ਉਹਦੇ ਹਿਸਾਬ ਦੇ ਨਾਲ ਉਹ ਯੂਰਪ ਦੇ ਲੋਕਾਂ ਦਾ ਜੋ ਵਰਤਾਰਾ ਹੈ ਉਹ ਆਪਣੇ ਲੋਕਾਂ ਨੂੰ ਦੱਸ ਰਿਹਾ, ਸਾਂਝਾ ਕਰ ਰਿਹਾ ਕਿ ਭਾਈ ਆਹ ਹੋ ਰਿਹਾ ਦੁਨੀਆ 'ਚ, ਅਤੇ ਇੱਥੇ ਜੋ ਆਪਾਂ ਡਿਸਕਸ ਕਰ ਰਹੇ ਹਾਂ ਦੁਨੀਆ ਦੀ ਬਜਾਏ, ਜਿਸ ਦੁਨੀਆ ਦੇ ਬਹੁਤ ਸਾਰੇ ਸਟੇਕ ਹੁਣ ਪੰਜਾਬ 'ਚ ਨੇ ਜਿਹਦੇ ਕਰਕੇ ਤੁਸੀਂ ਅਹਿਮੀਅਤ 'ਚ ਹੋ, ਅਸੀਂ ਉਹ ਚੀਜ਼ਾਂ ਨਹੀਂ ਡਿਸਕਸ ਕਰ ਰਹੇ। ਅਸੀਂ ਬਹੁਤ ਛੋਟੀਆਂ ਆਪਣੇ ਇਲਾਕੇ ਪਿੰਡ ਲੈਵਲ ਦੀਆਂ ਜਾਂ ਬੰਦਿਆਂ ਦੀਆਂ ਚੰਗੇ ਮਾੜੇ ਦੀਆਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਫਸੇ ਹੋਏ ਹਾਂ। ਇਹ ਬਿਲਕੁਲ ਉਵੇਂ ਦੀ ਸਥਿਤੀ ਹੈ ਜਿਸ ਤਰ੍ਹਾਂ ਦੀ 47 ਤੋਂ ਪਹਿਲਾਂ ਸੀਗੀ। 1930 ਦੇ ਵਿੱਚ ਆਲਮੋਸਟ ਇਹ ਕਲੀਅਰ ਹੋ ਗਿਆ ਸੀਗਾ, ਲੇਬਰ ਪਾਰਟੀ ਦੀ ਜਿਹੜੀ ਉੱਥੋਂ ਦੀ ਇਲੈਕਸ਼ਨ ਦੇ ਵਿੱਚ ਲੇਬਰ ਪਾਰਟੀ ਨੇ ਕਹਿ ਦਿੱਤਾ ਸੀਗਾ 1930 ਦੀ ਇਲੈਕਸ਼ਨ 'ਚ ਕਿ ਜੇ ਅਸੀਂ ਸਰਕਾਰ 'ਚ ਆਏ ਤਾਂ ਅਸੀਂ ਇੰਡੀਆ ਦੇ ਲੋਕਾਂ ਨੂੰ ਸੱਤਾ ਦੇ ਦੇਵਾਂਗੇ। ਭਾਵ ਕਿ ਕਾਂਗਰਸ ਜਾਂ ਇੰਡੀਆ ਦੇ ਵਿੱਚ ਉਸ ਵੇਲੇ ਦੇ ਬਹੁਤ ਸਾਰੇ ਲੋਕ 1930 ਦੇ ਵਿੱਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਅੰਗਰੇਜ਼ਾਂ ਨੇ ਚਲੇ ਜਾਣਾ, ਅਤੇ ਸਾਨੂੰ ਪਤਾ ਲੱਗਾ ਸੀਗਾ ਜੂਨ 1947 'ਚ ਜਦੋਂ ਨਕਸ਼ੇ ਬਣਾਏ ਜਾਣ ਲੱਗ ਗਏ ਸੀਗੇ। ਉਦੋਂ ਤੱਕ ਅਸੀਂ ਬਹੁਤ ਛੋਟੀਆਂ ਗੱਲਾਂ ਲਈ ਲੜਦੇ ਰਹਿ ਗਏ ਸੀਗੇ। ਸੋ ਉਸ ਤਰ੍ਹਾਂ ਦੀ ਸਥਿਤੀ ਹੁਣ ਹੈ। ਦੋ ਤਿੰਨ ਚੀਜ਼ਾਂ ਸਿੱਖਾਂ ਦੀਆਂ ਹਨ ਜਿਨ੍ਹਾਂ 'ਚ ਦਿੱਕਤ ਹੈ। ਇੱਕ ਕਿ ਸਿੱਖਾਂ ਨੇ ਫੈਸਲੇ ਕਿੱਦਾਂ ਲੈਣੇ ਨੇ ਸਾਂਝੇ, ਸਿੱਖਾਂ ਨੇ ਜਥੇਬੰਦ ਕਿੱਦਾਂ ਹੋਣਾ, ਅਤੇ ਸਿੱਖਾਂ ਦੇ ਰਾਜ ਦਾ ਕਿਸ ਤਰ੍ਹਾਂ ਦਾ ਰੂਪ ਹੈ, ਅਤੇ ਸਭ ਤੋਂ ਆਖਰੀ ਗੱਲ ਜਿਹਦੇ ਸਿਰ 'ਤੇ ਸਾਰਾ ਕੁਛ ਹੀ ਖੜਦਾ ਕਿ ਸਟਰਗਲ ਕਿੱਦਾਂ ਕਰਨੀ, ਜੋ ਹੁਣ ਪਿਛਲੇ 10 ਸਾਲ ਤੋਂ ਚੱਲ ਰਿਹਾ ਸਟਰਗਲ ਦੇ ਨਾਂ 'ਤੇ ਡਰਾਮੇਬਾਜ਼ੀ। ਮਤਲਬ ਪਹਿਲਾਂ ਮੋਰਚਾ ਲੱਗਦਾ ਹੁੰਦਾ ਸੀਗਾ ਗਰਜਾ ਸਿੰਘ ਬੋਤਾ ਸਿੰਘ ਦਾ, ਉਹ ਮੋਰਚਾ ਲੱਗਾ ਅਤੇ ਉਹ ਮੋਰਚੇ ਸ਼ਹੀਦੀਆਂ ਹੋਈਆਂ, ਤਲਵਾਰ ਚੱਲਦੀ ਗੋਲੀ ਚੱਲਦੀ ਮੋਰਚੇ 'ਚ ਤਾਂ ਇਹੀ ਹੁੰਦਾ। ਚਲੋ ਡੈਮੋਕ੍ਰੇਸੀ ਆ ਗਈ, ਡੈਮੋਕ੍ਰੇਸੀ 'ਚ ਗ੍ਰਿਫਤਾਰੀਆਂ ਦੇਣ, ਗ੍ਰਿਫਤਾਰੀਆਂ ਤੋਂ ਵੀ ਪਹਿਲਾਂ ਮੋਰਚੇ ਲੱਗਦੇ ਵੀ ਜਾਂਦੇ ਲੋਕ, ਅਤੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਅਤੇ ਉੱਥੇ ਕਿਆ ਹੁੰਦਾ ਸੀਗਾ, ਬੀ ਟੀ ਡਾਂਗਾਂ ਦੇ ਨਾਲ ਕੁੱਟਦਾ ਹੁੰਦਾ ਸੀਗਾ। ਸਿੱਖ ਉਨ੍ਹਾਂ ਟਾਈਮ ਡਾਂਗ ਖਾਈ ਜਾਂਦੇ ਸੀਗੇ ਜਿੰਨਾ ਟਾਈਮ ਤੱਕ ਬੇਹੋਸ਼ ਹੋ ਕੇ ਹੱਡ ਪਸਲੀਆਂ ਨਹੀਂ ਤੜਾ ਲੈਂਦੇ ਸੀਗੇ, ਉਹਨੂੰ ਮੋਰਚਾ ਕਹਿੰਦੇ ਸੀਗੇ। ਫਿਰ ਥੋੜ੍ਹਾ ਹੋਰ ਨਰਮ ਕੰਮ ਆ ਗਿਆ, ਫਿਰ ਚਲੋ ਕਹਿੰਦੇ ਜਿਹੜਾ
ਗ੍ਰਿਫਤਾਰੀ ਦੇ ਕੇ ਜੇਲ੍ਹ ਚਲਿਆ ਜਾਏ, ਘੱਟੋ ਘੱਟ ਕੋਈ ਤਿਆਗ ਕੁਰਬਾਨੀ ਤਾਂ ਕਰ ਰਿਹਾ, ਉਹਨੂੰ ਮੋਰਚਾ ਕਹਿੰਦੇ ਸੀਗੇ। ਅਤੇ ਹੁਣ ਇੱਦਾਂ ਦੇ ਫਿਰ ਇਹ ਮੋਰਚੇ ਲੱਗਣ ਲੱਗ ਗਏ, ਚਲੋ ਭੁੱਖ ਹੜਤਾਲ ਹੀ ਰੱਖ ਲਓ। ਹੁਣ ਬਿਲਕੁਲ ਇੱਦਾਂ ਦੇ ਮੋਰਚੇ ਵੀ ਲੱਗੇ ਨੇ ਜਿੱਥੇ ਨਾ ਕੋਈ ਭੁੱਖ ਹੜਤਾਲ, ਨਾ ਕੋਈ ਗ੍ਰਿਫਤਾਰੀ, ਨਾ ਕੋਈ ਡਾਂਗਾ, ਨਾ ਕੋਈ ਤਲਵਾਰ ਗੋਲੀ, ਜਾ ਕੇ ਗੁਰਮਤਿ ਦੀਵਾਨ ਸੁਣ ਕੇ ਲੰਗਰ ਛੱਕ ਕੇ ਦੇਗ ਛੱਕ ਕੇ ਆ ਜਾਣਾ ਹੈ, ਅਤੇ ਉਹ 'ਚ ਬੰਦੇ ਸੋਚਦੇ ਵੀ ਅਸੀਂ ਮੋਰਚੇ ਜਾ ਕੇ ਹਾਂ। ਤੋ ਸਾਡੇ ਸੰਘਰਸ਼ ਦਾ ਸਰੂਪ ਵਿਗੜ ਗਿਆ। ਇਸ ਕਰਕੇ ਫੋਕੇ ਆਗੂ ਲਗਾਤਾਰ ਹੀ ਪਿਛਲੇ 10 ਸਾਲ ਥੋੜ੍ਹਾ ਜਿਹਾ ਚੇਤੇ ਕਰਕੇ ਦੇਖੋ ਕਿੰਨੇ ਕੁ ਆਏ। ਉਹ ਮੁੜ ਕੇ ਫਿਰ ਕੋਈ BJP ਚਲਾ ਜਾਂਦਾ, ਕੋਈ ਕਿਤੇ ਚਲਾ ਜਾਂਦਾ, ਕੋਈ ਕਿਤੇ ਚਲਾ ਜਾਂਦਾ, ਕੋਈ ਕਿਤੇ ਚਲਾ ਜਾਂਦਾ। ਮੋਹਰੇ ਬੈਠਣ ਵਾਲੇ ਆਪਾਂ ਉਹੀ ਹਾਂ। ਸੰਘਰਸ਼ ਦੇ ਰੂਪ ਸਿੱਖਾਂ ਦੇ ਕਿੱਦਾਂ ਦੇ ਹੁੰਦੇ ਸੀਗੇ, ਕਿਹਨੂੰ ਸੰਘਰਸ਼ ਕਹਿੰਦੇ ਸੀਗੇ? ਮੇਰਾ ਇੱਕ ਦੋਸਤ ਦੱਸਣ ਲੱਗਾ, ਕਹਿੰਦਾ ਉਹ ਰਾਜਪੂਤ ਸੀਗਾ ਜੰਮੂ ਕਸ਼ਮੀਰ ਦਾ। ਉਹ ਕਹਿੰਦਾ ਬੜੀ ਹੈਰਾਨੀ ਦੀ ਗੱਲ ਹੈ, ਕਹਿੰਦਾ ਹਿੰਦੂਆਂ ਨੇ ਤਾਂ ਕਦੇ ਹੁਣ ਲੜਾਈ ਦੇਖੀ ਨਹੀਂ ਹੈ, ਇਹਨਾਂ 'ਚੋਂ ਤਾਂ ਕਦੇ ਕੋਈ ਬੜੇ ਲੰਬੇ ਸਮੇਂ ਤੋਂ ਲੜਿਆ ਹੀ ਨਹੀਂ ਹੈ। ਕਿਤੇ ਪ੍ਰਿਥਵੀ ਰਾਜ ਚੌਹਾਨ ਹੋਣੀ, ਕਿਤੇ ਰਾਣੇ ਸਾਂਗੇ ਹੋਣੀ ਲੜੇ ਸੀਗੇ ਅੱਜ ਤੋਂ 500-700 ਸਾਲ ਪਹਿਲਾਂ। ਹੁਣ ਤਾਂ ਕੋਈ ਨਹੀਂ ਲੜਿਆ ਰਾਣੇ ਪ੍ਰਤਾਪ ਹੋਣਾਂ ਤੋਂ ਬਾਅਦ। ਇਹਨਾਂ ਨੂੰ ਤਾਂ ਕਹਿੰਦਾ ਪਤਾ ਨਹੀਂ ਹੈ ਵੀ ਅਸਲੀ ਯੋਧਾ ਕਿੱਦਾਂ ਦਾ ਹੁੰਦਾ। ਤੋ ਇਹਨਾਂ ਨੂੰ ਕਹਿੰਦਾ ਕੋਈ ਵੀ ਮੋਦੀ ਵਰਗਾ ਜਾਂ ਹੋਰ ਆ ਕੇ ਮੂਰਖ ਬਣਾ ਜਾਂਦੇ ਬਣ ਜਾਂਦੇ। ਕਹਿੰਦਾ ਸਿੱਖ ਤਾਂ ਹੁਣ ਤੱਕ ਲੜਦੇ ਆਏ ਨੇ, ਅਤੇ ਕਹਿੰਦਾ ਸਿੱਖ ਵੀ ਫੋਕੇ ਯੋਧਿਆਂ ਦੇ ਤੋਂ ਮੂਰਖ ਬਣ ਜਾਂਦੇ ਨੇ। ਕਹਿੰਦਾ ਇਹ ਗੱਲ ਸਮਝੋ ਵਾਰੀ, ਉਹ ਤਾਂ ਹੋ ਰਿਹਾ ਕਿ ਅਸੀਂ ਆਪਣਾ ਆਪਾ ਸਾਰਾ ਭੁੱਲ ਗਏ ਹਾਂ। ਸੋ ਮਹਾਰਾਜ ਕਿਰਪਾ ਕਰਨ, ਆਪਾਂ ਆਪਣੇ ਆਪ ਨੂੰ ਖੋਜੀਏ ਥੋੜ੍ਹਾ ਜਿਹਾ, ਤਾਂ ਜੋ ਬਾਹਰੀ ਹਾਲਾਤ ਨੇ ਉਹ ਬਹੁਤ ਜ਼ਿਆਦਾ ਅਨੁਸਾਰੀ ਨੇ ਆਪਣੇ। ਸਮਾਂ ਤਾਂ ਕਿਸੇ ਨੂੰ ਨਹੀਂ ਉਡੀਕਦਾ, ਜੇ ਤੁਸੀਂ ਆਪਣੇ ਆਪ ਨੂੰ ਖੋਜੋਗੇ ਨਹੀਂ, ਆਪਣੇ ਆਪ ਨੂੰ ਆਪਣੇ ਪੈਰਾਂ ਸਿਰ ਨਹੀਂ ਕਰੋਗੇ, 47 ਵਾਂਗੂ ਸਮਾਂ ਇਸ ਵਾਰ ਫਿਰ ਲੰਘ ਜਾਏਗਾ। ਸੋ ਮਹਾਰਾਜ ਕਿਰਪਾ ਕਰਨ, ਆਪਾਂ ਆਤਮ ਚਿੰਨਣ ਕਰੀਏ, ਆਪਣੇ ਆਪ ਨੂੰ ਪਛਾਣੀਏ, ਆਪਣੇ ਆਪ ਨੂੰ ਸਮਰੱਥ ਕਰੀਏ, ਜਥੇਬੰਦ ਕਰੀਏ, ਸੂਤਰਧਾਰ ਕਰੀਏ, ਆਪਣੇ ਆਪ ਲਈ ਵੀ, ਇਸ ਖਿੱਤੇ ਲਈ ਵੀ, ਦੁਨੀਆ ਲਈ ਵੀ, ਸਰਬੱਤ ਦੇ ਲਈ ਵੀ ਕਾਰਜ ਕਰਨ ਦੇ ਸਮਰੱਥ ਹੋ ਸਕੀਏ। ਸੋ ਇਹੀ ਸਾਡੇ ਜਿਹੜਾ ਸ਼ਹੀਦਾਂ ਦਾ ਸੁਪਨਾ ਸੀਗਾ, ਜਿਸ ਸੁਪਨੇ ਦੇ ਲਈ ਉਹ ਸ਼ਹੀਦ ਹੋਏ। ਸੰਤ ਜਰਨੈਲ ਸਿੰਘ ਜੀ ਹੁਣੀ ਉਹ ਆਪਣੀ ਮੁੱਖ ਮੰਤਰੀ ਦੇ ਲਈ, ਕੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਦੇ ਲਈ, ਜਾਂ ਕੋਈ ਹੋਰ MP MLA ਬਣਨ ਲਈ ਤਾਂ ਨਹੀਂ ਸ਼ਹੀਦ ਹੋਇਆ ਕੋਈ ਵੀ। ਜਿਹੜਾ ਸ਼ਹੀਦ ਹੋਣ ਦੇ ਰਸਤੇ 'ਤੇ ਤੁਰਦਾ, ਉਹਦੀ ਕੋਈ ਦੁਨਿਆਵੀ ਸ਼ੌਹਰਤ ਦੀ ਜਾਂ ਸਹੂਲਤ ਦੀ ਕਾਮਨਾ ਹੀ ਨਹੀਂ ਰਹਿੰਦੀ ਹੈ, ਉਹ ਸ਼ਹਾਦਤ ਦੇ ਰਸਤੇ 'ਤੇ ਤੁਰਦਾ, ਉਹ ਬਾਕੀਆਂ ਨਹੀਂ ਤੁਰਦਾ। ਤੋ ਉਹ ਜਿਸ ਸੁਪਨੇ ਲਈ ਤੁਰੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਜਿਹਨੂੰ ਆਪਾਂ ਬੇਗਮਪੁਰੇ ਵਰਗਾ ਸਮਾਜ ਕਹਿੰਦੇ, ਸਾਂਝੀ ਬਾਲਤਾ ਵਾਲਾ, ਜਿਸ ਨੂੰ ਪੰਚਮ ਪਾਤਸ਼ਾਹ ਨੇ ਹਲੇਮੀ ਰਾਜ ਲਿਖਿਆ, ਨਿਆਂ ਵਾਲਾ, ਉਸ ਸੁਪਨੇ ਨੂੰ ਲੈ ਕੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਤੋ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਸਮੇਂ ਆਉਣ ਵਾਲੇ ਸਮਿਆਂ 'ਚ ਬਣ ਜਾਣਗੇ, ਤਾਂ ਉਸ ਸਮੇਂ ਨੂੰ ਸਾਂਭਣ ਦੇ ਆਪਾਂ ਸਮਰੱਥ ਹੋਣ ਦੇ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।